ਸਾਤਰੀય ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉਗੇ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਸਵਾਗਤ ਹੈ ਤੁਹਾਡਾ ਗਰਗ ਸਾਹਿਬ شکریہ ਜੀ ਬਾਕ ਬਾਤ ਬਾਕ ਗਰਗ ਸਾਹਿਬ ਜਿਥੇ ਹਰ ਸਾਲ ਦੀ ਤਰ੍ਹਾਂ ਅੱਜ ਦੇ ਦਿਨਾਂ ਨੂੰ ਸਾਹਿਬਜ਼ਾਦਾ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਸੰਗਤਾਂ ਦੂਰ ਦਰਾਡੇ ਤੋਂ ਚੱਲ ਕੇ ਪਤਗੜ੍ਹ ਸਾਹਿਬ ਨਤਮਸਤਕ ਹੋ ਰਹੀਆਂ ਨੇ ਦੁਜੇ ਬੰਨੇ ਕੇਂਦਰ ਦੇ ਵਿੱਚ ਇੱਕ ਰੌਲਾ ਪਿਆ ਕਿ ਇਹਨਾਂ ਨੂੰ ਵੀਰ ਬਾਲ ਦਿਵਸ ਬਣਾਇਆ ਪ੍ਰਧਾਨ ਕ੍ਰਿਸ਼ਨ ਸਾਹਿਬ ਸਟੇਜ ਦੇ ਉੱਤੋਂ ਜਦੋਂ ਇਹ ਗੱਲ ਕਹਿੰਦੇ ਨੇ ਕਿ ਔਰੰਗਜ਼ੇਬ ਜਿਹੜਾ ਆ ਉਹ ਉਹਨਾਂ ਦਾ ਧਰਮ ਬਦਲਣਾ ਚਾਹੁੰਦਾ ਸੀ ਆਪਣੀ ਈਨ ਮਨਵਾਉਣਾ ਚਾਹੁੰਦਾ ਸੀ ਉਹ ਨਹੀਂ ਚੁਕੇ ਸ਼ਹਾਦਤ ਪਾ ਗਏ ਉਸ ਸ਼ਹਾਦਤ ਨੂੰ ਕਹਿੰਦੇ ਸਜਦਾ ਕੀਤਾ ਸ਼੍ਰੋਮਣੀ ਕਮੇਟੀ ਦੇ ਵਿੱਚ ਰੌਲਾ ਪਿਆ ਕਿ ਅਸੀਂ ਨਹੀਂ ਮੰਨਦੇ ਸਾਡੇ ਲਈ ਉਹ ਸੱਜਾ ਦੇ ਸੀ ਸਾਡੇ ਲਈ ਉਹ ਬਾਲ ਨਹੀਂ ਸੀ ਅਸੀਂ ਉਹਨਾਂ ਨੂੰ ਬਾਬੇ ਕਹਿੰਦੇ ਆ ਕਿਉਂਕਿ ਉਹਨਾਂ ਦੀ ਉਪਾਧੀ ਬਹੁਤ ਵੱਡੀ ਸੀ ਉਹਨਾਂ ਨੇ ਸ਼ਾਹ ਤੋਂ ਬਹੁਤ ਵੱਡੀ ਦਿੱਤੀ ਇਸ ਕਰਕੇ ਸਾਡੇ ਲਈ ਉਹ ਬਾਬੇ ਸੀ ਇਹਨਾਂ ਨੇ ਬਾਲ ਕਿਉਂ ਬੜਾਇਆ ਸਵਾਲ ਇਹਨਾਂ ਤੇ ਉੱਠਦੇ ਨੇ ਜਿਹੜੀ ਦਿੱਲੀ ਦੀ ਕਮੇਟੀ ਹੈ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਉਹ ਕਹਿੰਦੇ ਕਿ ਅਸੀਂ ਸ਼ੁਕਰ ਮਨਾਉਂਦੇ ਆ ਕਿ ਸਾਹਿਬਜ਼ਾਦੇਆਂ ਦੇ ਜਿਹੜਾ ਵੀਰ ਬਾਲ ਦਿਵਸ ਭਾਵੇਂ ਨਾਂ ਰੱਖਿਆ ਇੱਕ ਸ਼ਹਾਦਤ ਨੂੰ ਯਾਦ ਕੀਤਾ ਤੇ ਇਹ ਦੁਨੀਆ ਪੱਧਰ ਤੇ ਵਿੱਚ ਸੁਨੇਹਾ ਜਾਏਗਾ ਕਿ ਮੁਲਕ ਦੇ ਪ੍ਰਧਾਨ ਮੰਤਰੀ ਨੇ ਇਦੇ ਵਿੱਚ ਮੂਲੀਅਤ ਕੀਤੀ ਤੇ ਆਪਣੇ ਵਿਚਾਰ ਰੱਖੇ ਤੇ ਸਾਬਜ਼ਾਦਿਆਂ ਨੂੰ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਸਰਦਾਂ ਦੇ ਫੁੱਲ ਅਰਪਣ ਕੀਤੇ। ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਵਰਤਾਰੇ ਨੂੰ। ਚਲੋ ਸੁਖਿੰਦਰ ਜੀ ਜਿਹੜਾ ਦੇਖਣਾ ਹੈ ਜੇ ਤੁਸੀਂ ਮੈਂ ਸ਼ੁਰੂ ਇੱਥੋਂ ਕਰੂੰਗਾ ਵੀ ਕੋਈ ਵੀ ਕੌਮ ਆਪਦੇ ਇਤਿਹਾਸ ਦੇ ਸਹਾਰੇ ਜਿੰਦੀ ਹੈ। ਤੇ ਗੁਰਵਾਨੀ ਲਿਖਿਆ ਹੈ ਹੁਕਮ ਹੈ ਬਾਬਾਨੀਆਂ ਕਹਾਣੀਆਂ ਪੁੱਤ ਉਸ ਪਤਕਰੇ। ਜਿਵੇਂ ਆਪਣੇ ਇਤਿਹਾਸ ਨੂੰ ਪੜ੍ਹ ਜੀਏ ਦੂਜਿਆਂ ਨਾਲ ਰਲਗੱਡ ਕਰਨਾ ਸ਼ੁਰੂ ਕਰ ਦਈਏ। ਬੰਦਾ ਸਮਾਨ ਲੈਣ ਜਾਂਦਾ ਤਾਂ ਵੀ ਆਪਣੀ ਸਮਾਨ ਦੀ ਨਿਸ਼ਾਨੀ ਲਾਉਂਦਾ ਵੀ ਇਹ ਮੇਰੀ ਹੈ। ਜਿਹਨੇ ਉਹਦੇ ਚ ਰਲਗੱਡ ਕਰਨਾ ਉਹ ਉਹੀ ਜੀ ਨਾਮ ਲਾ ਦਿੰਦਾ। ਹੁਣ ਇਹ ਜਿਹੜਾ ਸਰਹੰਦ ਦਾ ਇਹ ਸਾਕਾ ਸੀ। ਜੀ। ਚਮਕੌਰ ਸਾਹਿਬ ਜੰਗ ਹੋਈ ਹੈ। ਇੱਥੇ ਜੰਗ ਨਹੀਂ ਹੋਈ। ਇਹ ਬੜਾ ਵੱਡਾ ਸਾਕੇ ਸੀ ਹੁਣ ਇਹ ਸਾਕੇ ਨੂੰ ਬਹੁਤ ਦੇਰ ਤੋਂ ਸਿੱਖੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਦਲਣ ਵਾਸਤੇ ਪਹਿਨ ਇਤਿਹਾਸਿਕ ਤੌਰ 'ਤੇ ਮਨ ਹੀ ਆਰਐਸਐਸ ਦਾ ਪੂਰਾ ਜੋਰ ਲੱਗਾ ਹੋਇਆ ਜਿਵੇਂ ਤੁਸੀਂ ਵੀ ਸ਼ਬਦ ਗੁਜਰਕੌਰ ਵਰਤਿਆ ਮੈਂ ਤਾਂ ਕਦੇ ਮਾਤਾ ਗੁਜਰੀ ਤੋਂ ਅੱਗੇ ਸ਼ਬਦ ਸੁਣਿਆ ਨਹੀਂ ਸੀ ਜੀ ਕਿਉਂ ਲਾਉਣਾ ਸ਼ੁਰੂ ਕਰਤਾ ਕੌਰ ਕਿਉਂਕਿ ਇੱਕ ਇਹ ਨਿੰਦਾ ਨੇ ਗੁਰੂ ਸਵੰਦੇ ਮਹਿਲਾਂ ਦੇ ਨਾਮ ਨਾਲ ਜਾਂ ਕੌੜਲਾਤਾ ਜਾਂ ਦੇਵੀ ਦਾਤਾ ਕੋਣ ਜੇ ਚੌਥੇ ਗੁਰੂ ਤੀਜੇ ਗੁਰੂ ਦੂਜੇ ਗੁਰੂ ਨਾਲ ਇਹ ਕੌਰ ਜਾਂ ਦੇਵੀ ਲਾਉਂਦੇ ਨੇ ਠੀਕ ਹੈ ਤੇ ਕੱਲ ਨੂੰ ਨਾਨਕੀ ਦੇਵੀ ਨਾ ਕਹਿਣ ਲੱਗ ਜਨ ਬੀਬੀ ਨਾਨਕੀ ਨੂੰ ਬੇਬੇ ਨਾਨਕੀ ਨੂੰ ਇਹ ਤਾਰੇ ਕਿ ਦੱਸਣਾ ਚਾਹੁੰਦੇ ਨੇ ਵੀ ਇੱਕ ਤਾਂ ਜਿਹੜੇ Hindu ਨਾਂ ਸੀ ਉਹ ਦੇਵਤਿਆਂ ਵਾਲੀ ਸੀ ਤੇ ਜਿਹੜੇ ਕੌਰ ਤੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਮਰ ਜੁੜਾ ਕੇ ਖਾਲਸਾ ਸਾਜਿਆ ਉਹਦਾ ਬਿਲਕੁਲ ਰੂਪ ਹੀ ਬਦਲਤਾ ਜਿੜੀਆਂ ਤੋਂ ਬਾਜ ਬਣਾਏ ਜਿੜੀਆਂ ਜਿੜੀਆਂ ਨੂੰ ਬਾਜਾਂ ਨਾਲ ਲੜਾਇਆ ਸਵਾ ਲੱਖ ਨਾਲ ਇੱਕ ਨੂੰ ਲੜਾਇਆ ਉਹ ਕਹੀਏ ਬਈ ਕੌਰ ਤੇ ਸਿੰਘ ਤਾਂ ਪਹਿਲੇ ਹੁੰਦੇ ਸੀ ਨਾਮ ਇਕੋ ਅੱਜ ਦੇ ਥੋੜੋ ਨੇ ਤੇ ਅਸੀਂ ਵੀ ਉਸੇ ਲਾਲਚ ਚਾਕੇ ਉਹ ਨਾਮ ਨੂੰ ਉਸ ਤਰੀਕੇ ਨਾਲ ਬਦਲਣਾ ਸ਼ੁਰੂ ਕਰ ਦਿੱਤਾ ਫਿਰ ਅਸੀਂ ਵੀ ਮਾਡਰਨ ਟੈਕਨੋਲੋਜੀ ਆ ਫਲਾਂ ਆ ਬੁੱਤ ਪੂਜਾ ਬੁੱਤ ਪੂਜਾ ਥਾਂ ਥਾਂ ਦੇ ਉੱਤੇ ਰੋਕੀ ਗਈ ਆ ਅਸੀਂ ਉਸ ਨੂੰ ਕਦੇ ਫੋਟੋਆਂ ਰਾਹੀਂ ਕਦੇ ਕਿਸੇ ਤਰ੍ਹਾਂ ਉਹਨੂੰ ਬੁੱਤ ਪੂਜਾ ਕਰਨੀ ਸ਼ੁਰੂ ਕਰਤੀ ਮੈਂ ਤਾਂ ਆਪਣਾ ਮੈਂ ਨੌਵੀਂ ਦਸਵੀਂ ਦੀ ਪੜ੍ਹਦੇ ਗੁਰਦੁਆਰੇ ਜਾਨ ਗਿਆ ਸ਼ੁਰੂ ਕਰਿਆ ਤੇ ਅਸੀਂ ਤਾਂ ਉੱਥੇ ਜਿਹੜੀਆਂ ਸਾਡੇ ਫੋਟੋਆਂ ਸੀਆਂ ਰੱਖੀਆਂ ਹੋਈਆਂ ਤੇ ਸਾਡੇ ਇੱਕ ਨਿਰਮਲੇ ਸੰਤਾਏ ਮੈਂਗਮ ਤੇ ਉਹਨਾਂ ਨੇ ਆਖਿਆ ਵੀ ਫੋਟੋਆਂ ਦੀ ਇਥੇ ਪੂਜਾ ਨਹੀਂ ਹੋ ਸਕਦੀ ਗੁਰੂਆਂ ਸਾਹਿਬ ਦੇ ਸਾਹਮਣੇ ਫੋਟੋਆਂ ਨਹੀਂ ਰੱਖਿਆ ਜਾ ਸਕਦੀਆਂ ਤੇ ਸਾਨੂੰ ਵੀ ਲੱਗਦਾ ਸੀ ਵੀ ਅਸੀਂ ਫੋਟੋ ਨੂੰ ਮੱਥਾ ਟੇਕਦੇ ਹਾਂ ਤਾਂ ਫਿਰ ਤਾਂ ਤੁਸੀਂ ਸ਼ੀਸ਼ੇ 'ਚ ਕਾਗਜ਼ ਦੀ ਫੋਟੋ ਨੂੰ ਮੱਥਾ ਟੇਕ ਦੋ ਤੁਸੀਂ ਮਿੱਟੀ ਦੀ ਫੋਟੋ ਨੂੰ ਮੱਥਾ ਟੇਕ ਦੋ ਤੁਸੀਂ ਪੱਥਰ ਦੀ ਨੂੰ ਟੇਕ ਦੋ ਤੁਸੀਂ ਸੀਮੈਂਟ ਦੀ ਨੂੰ ਟੇਕ ਦੋ ਪਲਾਸਟਿਕ ਦੀ ਨੂੰ ਫਿਰ ਤਾਂ ਫੋਟੋ ਹੈ ਨਾ ਇਹ ਤਾਂ ਇਹ ਨਹੀਂ ਮੰਨਜਾ ਸੋ ਉਹਦੇ ਵਿੱਚ ਉਹਨਾਂ ਨੇ ਫੋਟਾਂ ਦੀਵਾਰਾਂ ਤੇ ਲਗਾਈਆਂ। ਇਸੇ ਤਰ੍ਹਾਂ ਰਾਸਿਢੀਲਾ ਰਾਸਿਢੀਲਰ ਤਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਚ ਰਾਸਿਢੀਲਾ ਬਾਰੇ ਬਹੁਤ ਕੁਝ ਲਿਖਿਆ ਹੋਇਆ ਹੈ। ਕਿ ਅਸੀਂ ਮੁੜ ਕੇ ਰਾਸਿਢੀਲਾ ਬਣਾਣੀ ਸ਼ੁਰੂ ਕਰਤੀ ਵੀ ਅਸੀਂ ਜੀ ਉਹ ਐਨੀਮੇਸ਼ਨ ਕਰਾਂਗੇ ਫਲਾਣਾ ਕਰਾਂਗੇ ਫਲਾਣਾ ਕਰਾਂਗੇ। ਮਤਲਬ ਕੀ ਕਰਨਾ ਚਾਹੁੰਦੇ ਅਸੀਂ? ਅਸੀਂ ਇਤਿਹਾਸ ਪੜਾਉਣ ਦੀ ਬਜਾਏ ਮਨੋਰੰਜਨ ਕਰਨਾ ਚਾਹੁੰਦੇ। ਕੀ ਸਿੱਖੀ ਮਨੋਰੰਜਨ ਹੈ? ਇਹੀ ਫਰਕ ਹੈ ਦੋਹਾਂ 'ਚ ਸਿੱਖੀ ਸੇਵਾ ਹੈ ਸਿੱਖੀ ਕੁਰਬਾਨੀ ਹੈ ਸਿੱਖੀ ਰੋਹ ਹੈ ਸਿੱਖੀ ਇਨਸਾਨੀਅਤ ਹੈ ਸਿੱਖੀ ਰੂਹਾਨੀਅਤ ਹੈ ਇਹ ਸਾਰੇ ਕਾਸੇ ਦੇ ਵਿੱਚ ਉਹ ਮਨੰੰਜਨਾ ਜਿਹੜਾ ਬਾਕੀਆਂ ਨੂੰ ਪਤਾ ਹੀ ਨਹੀਂ ਇਸੇ ਕਰਕੇ ਕਿਹਾ ਸਿੱਖੀ ਉਹ ਘੋੜਾ ਹੈ ਸਿੱਖੀ ਉਹ ਗੁੰਗਾ ਹੈ ਗੁੰਗੇ ਗੁੜਖਾਇਆ ਪੁੱਛੇ ਤੇ ਕਿਆ ਕਹੀਏ ਸਿੱਖੀ ਉਹ ਹੈ ਜਿੱਤੇ ਭਾਈ ਮਤੀਦਾਸਾਰੇ ਨਾਲ ਕੀਦੇ ਲੰਦ ਭਾਈ ਜੱਲਾ ਤੇਗ ਚੁੰਪਲ ਦੇ ਨੇ ਭਾਈ ਸਤੀਦਾਸ ਨੂੰ ਫੂਸ ਬਣ ਕੇ ਸੜਾਇਆ ਜਾਂਦਾ ਸਿੱਖੀ ਹੋ। ਸੋ ਜਦੋਂ ਕਿ ਝੜਾ ਕਰਨਾ ਹੋਵੇ ਸ਼ਬਦਾਂ ਦਾ ਪਹਿਲਾਂ ਨਾਮ ਬਦਲੋ। ਨਾਮ ਬਦਲਨੇ ਸ਼ੁਰੂ ਕਰਤੇ। ਜਾਤ ਪਾਤ ਪਾਉਣ ਵਾਸਤੇ ਇਤਿਹਾਸਿਕ ਕਿਤਾਬਾਂ ਜਿਵੇਂ ਸਰ ਭਾਈ ਗੁਰਦਾਸ ਭੱਡਾ ਮੈਨੂੰ ਨਹੀਂ ਪਤਾ ਤੁਸੀਂ ਥੋੜੀ ਕਾਫੀ ਛੋਟੀ ਉਮਰ ਹੈ। ਮੇਰੇ ਮਕਾਫੇ ਮੈਂ ਮੈਂ ਕਦੇ ਭਾਈ ਗੁਰਦਾਸ ਭੱਲਾ ਨਾਮ ਨਹੀਂ ਸੁਣਿਆ ਸੀ ਮੈਂ ਤਾਂ ਭਾਈ ਗੁਰਦਾਸ ਹੀ ਸੁਣਦਾ ਸੀ ਭਾਈ ਗੁਰਦਾਸ ਦੀਆਂ ਬਾਰਾਂ ਭਾਈ ਗੁਰਦਾਸ ਭਾਈ ਗੁਰਦਾਸ ਉਹ ਭਾਈ ਗੁਰਦਾਸ ਪਦਾ ਬਨਾਤਾ ਤੇ ਗੁਰੂ ਅੰਗਦ ਦੇ ਜੀ ਨੂੰ ਜਿਹੜਾ ਸੀ ਉਹ ਕਹਿ ਦਿੱਤਾ ਵੀ ਤਰੇਹ ਕਿ ਕਿਸੇ ਨੂੰ 베ਦੀ ਕਿਸੇ ਨੂੰ ਸੋਢੀ ਗੁਰੂਆਂ ਨਾਲ ਤਾਂ ਇਸ ਤਰ੍ਹਾਂ ਦਾ ਹੈ ਨਹੀਂ ਸੀ ਜਿਹੜਾ ਇਹਨਾਂ ਨੇ ਸੋ ਇਸ ਕਰਕੇ ਇੱਥੇ ਜਿਹੜਾ ਵੀਰ ਬਾਲ ਦਿਵਸ ਕਹਿੰਨਾ ਆਪਣੇ ਆਪ ਚ ਪਹਿਲੀ ਗੱਲ ਨਾਮ ਤੇ ਇਹੇ 6 ਤੇ 9 ਸਾਲ ਦੇ ਜੋ ਜਿੰਦਾਂ ਸੀ ਉਹਨਾਂ ਨੂੰ ਬੜਾ ਲਾਲਚ ਦਿੱਤਾ ਗਿਆ ਸੀ ਉਹਨਾਂ ਦਾ ਸੀਸ ਚ ਕਵਾਉਣ ਦੀ ਗੱਲ ਕਰੀ ਗਈ ਸੀ ਆਪਾਂ ਸਾਰੇ ਸੁਣਨੇ ਆ ਇਹ ਸਾਖੀ ਕਿ ਵੀ ਛੋਟੇ ਉਸ ਦੇ ਵਿੱਚ ਦੀ ਨੰਗਣਾ ਸੀ ਮੋਰੀ ਦੇ ਵਿੱਚ ਦੀ ਪਰ ਉਹਨਾਂ ਨੇ ਪੈਰ ਅੱਗੇ ਪਾਏ ਪਹਿਲਾਂ ਹਾਂ ਜੀ ਠੀਕ ਹੈ ਉਹ ਕੋਈ ਕਹਿ ਸਕਦਾ ਹੈ ਵੀ ਤੁਸੀਂ ਕਿਹੜਾ ਦੇਖੇ ਨੇ ਪੈਰ ਪਾਉਂਦੇ ਕਹਿ ਸਕਦਾ ਨਾ ਬਾਰੇ ਉਹ ਇਹ ਹੈ ਵੀ ਜੇ ਉਹਨਾਂ ਨੇ ਪੈਰ ਪਾਈ ਹੀ ਸਬੂਤ ਆਪਣੇ ਆਪ ਚ ਕਿ ਉਹਨਾਂ ਨੇ ਸੀਧੀ ਦਿੱਤੀ ਨਹੀਂ ਤਾਂ ਫੇਰ ਦਾਅਤੇ ਚ ਆ ਜਾਂਦੇ ਕਿਉਂਕਿ ਉਹਨਾਂ ਨੇ ਸੀਧੀ ਦਿੱਤੀ ਐਡਾ ਵੱਡਾ ਸਾਕਾ ਕਰਿਆ ਵਜ਼ੀਰ ਖਾਨ ਨੇ ਉਹ ਸਾਕਾ ਕਰਿਆ ਉਹਨਾਂ ਨੇ ਸਾਕੇ ਦੇ ਸਾਹਮਣੇ ਖੜੇ ਨੇ ਉਬਬ ਨੇ ਉਵਕੈ ਉਬਬ ਨੇ ਪੱਪਾ ਕੋ ਉਮਰ ਨਾਲ ਨਹੀਂ ਹੁੰਦਾ ਇਸੇ ਕਰਕੇ ਚੁਕੇ ਹੈ ਉਮਰ ਦੇ ਸਾਬ ਨਾਤਾ ਕਹਿੰਦੇ ਫਿੱਟ ਵੇਹਾ ਜੀਵਿਆ ਗੁਰਬਾਣੀ ਚ ਲਿਖਿਆ ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਜਦ ਅਸੀਂ ਆਪਣੇ ਇਤਿਹਾਸ ਨੂੰ ਵੀਰ ਇਹ ਕੀ ਕਹਿੰਦਾ ਵੀਰ ਹਕੀਕਤ ਰਾਇ ਇਹ ਬਚਪਨ ਚ ਇੱਕ ਵਾਰੀ ਮੈਂ ਇਹਨਾਂ ਦੀ ਸ਼ਾਖਾ ਚ ਲੱਗ ਗਿਆ ਉੱਥੇ ਕਹਿੰਦੇ ਵੀਰ ਹਕੀਕਤ ਮੌਤ ਕਬੂਲ ਦੀ ਪ੍ਰਵਾਹ ਨਹੀਂ ਜਿੰਦਗਾਨੀ ਦਾ ਇਹ ਉਹ ਉਪਦੇਸ਼ ਮਿਹੜਾ ਸਾਨੂੰ ਗੀਤਾ ਤੇ ਕੁਰਬਾਨੀ ਦਾ ਸੋ ਇਹ ਵੀਰ ਸ਼ਬਦ ਆਰਐਸਐਸ ਦਾ ਸ਼ਬਦ ਹੈ ਸ਼ਬਦਾਂ ਦਾ ਆਪਣਾ ਇੱਕ ਮਤਲਬ ਹੈ ਸੋ ਜਦ ਅਸੀਂ ਸ਼ਬਦਾਬਲੀ ਸ਼ਬਦਾਬੀਨ ਦਾ ਮਤਲਬ ਹੈ ਅਸੀਂ ਕਹਿੰਦੇ ਜੀ ਖੰਡੇ ਪਾਟੇ ਦੀ ਪਹਲ ਛਕਣੀ ਹੈ ਅਮਰਤ ਛਕਣਾ ਅਸੀਂ ਉਹਨੂੰ ਚਰਨਾਮਤ ਕਿਉਂ ਨਹੀਂ ਕਹਿ ਦਿੰਦੇ ਬਿਲਕੁਲ ਕਹਿ ਸਕਦੇ ਹਾਂ ਹੈ ਅਸੀਂ ਕਹੇ ਇਸ ਕਹਿੰਿਆ ਅਸੀਂ ਵਾਲ ਕਿਉਂ ਨਹੀਂ ਕਹਿ ਦਿੰਦੇ ਦੰਬੇ ਵਾਲ ਕਿਉਂ ਨਹੀਂ ਕਰਨ ਕਿਰਸਾਂ ਤੇ ਦੰਬੇ ਵਾਲਾਂ 'ਚ ਫਰਕ ਹੈ ਦੰਬੇ ਬਰ ਮਾਰਤਖ ਵੀਰ ਸਾਹਿਬ ਨੇ ਕਿਹਾ ਭਾਵੇਂ ਦੰਬੇ ਕੇ ਇਸਕਾ ਭਾਵੇਂ ਘਰ ਨੂੰ ਬੜਾਏ ਜੈਸੀ ਕੇ ਇਸ ਕਾ ਨਾ ਉਹਦਾ ਮਤਲਬ ਹੈ ਹਰ ਸ਼ਬਦ ਦਾ ਮਤਲਬ ਹੈ ਜਿੱਦੇ ਤੁਸੀਂ ਆਪਣੀ ਬੋਲੀ ਗੁਰੂ ਸਾਹਿਬ ਨੇ ਕਿਹਾ ਹੈ ਕਰ ਕਰਨੀਆਂ ਸਭ ਨਾਲ ਜੀਆਂ ਬੋਲੀ ਔਰ ਤੁਹਾਡੀ ਤੁਸੀਂ ਆਪਣੀ ਬੋਲੀ ਬਦਲਦੀ ਆ ਤੁਸੀਂ ਆਪਣੇ ਆਪਣੇ ਜਿਹੜੇ ਪ੍ਰਤੀਕ ਨੇ ਉਹ ਹੀ ਬਦਲ ਦੇ ਤੁਸੀਂ ਆਪਣੇ ਵੱਡੇ ਵੱਡੇ ਇਤਿਹਾਸਿਕ ਕਿਤਾਬਾਂ ਚ ਇਹਨਾਂ ਦੇ ਕਹੇ ਤੋਂ ਇਹ ਲਿਖਾ ਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਤਾਂ ਲੁੱਟੇ ਰਹੇ ਸੀ ਗੁਰਦੇ ਇੱਕ ਮਾਤੇ ਸਾਹਿਬ ਲੁੱਟੇ ਰਹੇ ਸੀ ਤੁਸੀਂ ਇਹ ਕਹਾ ਲਿਆ ਵੀ ਸਿੱਖੀ ਸਾਰੀ ਦੀ ਸਾਰੀ ਮੁਸਲਮਾਨਾਂ ਦੇ ਖਿਲਾਫ ਸੀ ਤੇ ਹਿੰਦੂਆਂ ਦੀ ਰਾਖੀ ਵਾਸਤੇ ਸੀ ਔਰ ਜਿਹੜੀ ਇਤਿਹਾਸ ਨਾਲ ਵੀ ਕਹੇ ਕਾਪਰੀ ਹੈ। ਪੁਲਾਨੀ ਦਾ ਜੁੱਦ ਕੀ ਦਿਨ ਆ ਹੋਇਆ ਸੀ। ਅਨੰਦਪੁਰcita ਜੀ ਲੜਾਈ ਕੀ ਦਿਨ ਹੋਈ ਸੀ। ਅਨੰਦਪੁਰ ਦੇ ਵਿੱਚ ਜਿਹੜੇ ਗੱਭੂ ਬਣਾ ਕੇ ਲੈ ਕੇ ਗਏ ਸੀ ਉਹ ਕੌਣ ਸੀ ਮੂੰਚਾ ਕਾ ਲੈ ਕੇ। ਜੀ ਕੁਰਬਾਨੀ ਦਿੱਤੀ ਸੀ ਕੁਰਬਾਨੀ ਇਸ ਗੱਲ ਵਾਸਤੇ ਨਹੀਂ ਤੀਸੀ ਗੁਰੂ ਤੇਗ ਬਹਾਦਰ ਜੀ ਨੇ। ਬਈ ਉਹ ਕੋਈ ਪੰਡਤਾਂ ਦੇ ਬਹੁਤ ਜ਼ਿਆਦਾ ਜਨੇਊ ਦੇ ਉਪਾਸ਼ਕ ਸੀਗੇ ਕੁਰਬਾਨੀ ਇਸ ਵਸਤੂ ਦੀ ਸੀ ਕੋਈ ਔਰੰਗਾ ਹੁਕਮਰਾਨ ਦੇ ਰੂਪ ਦੇ ਵਿੱਚ ਕਿਸੇ ਨੂੰ ਉਹਦਾ ਧਰਮ ਨੂੰ ਰੋਕ ਨਹੀਂ ਸਕਦਾ ਜਬਰੀ ਧਰਮ ਬਦਲ ਨਹੀਂ ਸਕਦਾ ਉਹ ਔਰੰਗਾ ਕਿਸੇ ਜ਼ਮਾਨੇ 'ਚ ਕੋਈ ਹੋ ਸਕਦਾ ਹੈ ਕਿਸੇ ਜ਼ਮਾਨੇ 'ਚ ਕੋਈ ਹੋ ਸਕਦਾ ਹੈ ਕਿਸੇ ਜ਼ਮਾਨੇ 'ਚ ਕੋਈ ਹੋ ਸਕਦਾ ਹੈ ਉਹ ਮਜਲੂਮ ਵੀ ਇਸ ਤਾਈ ਸੋ ਸਿੱਖੀ ਜਿੱਦਾਂ ਸਿੱਖੀ ਇਸ ਗੱਲ ਨੂੰ ਪੜ੍ਹ ਲਈ ਅੱਜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੂੰ ਇਹ ਨੰਬਰ ਕੋਈ ਸ਼ਿਕਾਇਤ ਨੂੰ ਕਹਿੰਦੇ। ਇਹ ਹੀ ਆਰਐਸਐਫ ਸਰ ਹੈ। ਕਾਨਪੁਰ ਦੇ ਵਿੱਚ ਇਹਨਾਂ ਦੀ ਇੱਕ ਸਰਕਾਰੀ ਮੈਡੀਕਲ ਕਾਲ ਦੀ ਪ੍ਰਿੰਸੀਪਲ ਕਹਿੰਦੀ ਹੈ ਵੀ ਮੁਸਲਮਾਨਾਂ ਨੂੰ ਕਿਉਂ ਇਹ ਇਲਾਜ ਕਰਦੇ ਹੋ। ਸਿੱਖੀ ਨਹੀਂ ਹੈ ਕੰਮ। ਜਿੰਨਾਂ ਮਰ ਗਿਓ ਜਿੱਥੇ ਵੀ ਕੋਈ ਦਿਖਾ ਕਿਸਾਨ ਅੰਦੋਲਨ ਚ ਜਿਹੜਾ ਲੰਗਰ ਸੀ ਜਿੰਨਾਂ ਨੇ ਡਾਂਗ ਮਾਰੀ ਉਹਨਾਂ ਨੂੰ ਵੀ ਮੰਗਰ ਸ਼ਿਕਾਇਤ ਪੁਲਿਸੀਆਂ ਨੂੰ। ਭਾਈਕੇ ਨਹੀਂ ਇਹ ਦੀ ਉਦਾਹਰਣ ਤਾਂ ਆਪਣਾ ਪਤਾ ਹੀ ਹੈ। ਸਭ ਤੋਂ ਪਹਿਲਾਂ ਰੈੱਡ ਕਰਾਸ ਹੈ ਭਾਈਕੇ ਨੇ ਸ਼ੁਰੂ ਕਰੀਆ। ਤਿੱਕੀ ਨੇ ਸ਼ੁਰੂ ਕਰੀਏ ਆ ਹੁਣ ਆਲੀ ਜਿਹੜੀ ਰੈੱਡ ਕਰਾਸ ਗੱਡੀਆਂ ਤੁਰੀਆਂ ਫਿਰਦੀਆਂ ਤਾਂ ਬਹੁਤ ਬਾਤ ਚਾਲੀਆਂ ਨੇ ਸਿੱਖੀ ਇਹ ਨਹੀਂ ਹੈ ਸਿੱਖੀ ਬਦਲਾਖੋਰੀ ਨਹੀਂ ਹੈ ਸਿੱਖੀ ਆਪਣੇ ਸਿੰਬਲ ਨਹੀਂ ਛੱਡੇਗੀ ਜਿਉ ਸਿੱਖੀ ਦੇ ਸਿੰਬਲ ਛੱਡੇ ਜਾਂਦੇ ਨੇ ਜਿਉ ਉਹਦਾ ਪਹਿਰਾਵਾ ਕਿਸੇ ਹੋਰ ਤਰੀਕੇ ਨਾਲ ਧਾਰਨ ਕਰਿਆ ਜਾਂਦਾ ਹੈ ਜਿਉ ਉਹਨੂੰ ਕਿਸੇ ਨੇ ਕਿਸੇ ਤਰ੍ਹਾਂ ਮੂਰਤੀ ਕੋਈ ਕੋਸ਼ਿਸ਼ ਹੋ ਰਹੀ ਹੈ ਤਾਂ-ਤਾਂ ਤੇ ਹੋ ਰਹੀ ਹੈ ਗੇੜੇ ਵਿੱਚ ਉਹੀ ਜਿਹੜਾ ਬ੍ਰਾਹਮਣਵਾਦ ਆ ਉਹ ਵੜਿਆ ਜਾਵੇ ਐਨੇ ਵਾਰੀ ਪਾਠ ਕਰ ਲਓਗੇ ਤੋੜਾ ਹੋ ਜੂ ਐਨੇ ਵਾਰੀ ਕਿਉਂਕਿ ਲੋਕਾਂ ਦਾ ਦੁੱਖ ਤਕਲੀਫਾਂ ਨੇ ਰਾਜ ਨੇ ਉਹ ਦੁੱਖ ਤਕਲੀਫਾਂ ਦੂਰ ਨਹੀਂ ਕਰਨੀਆਂ ਹੁਕਮਰਾਨਾਂ ਨੇ ਉਹਨਾਂ ਨੇ ਤਾਂ ਵਧਾਉਣੀਆਂ ਨੇ ਆਪਾਂ ਕਰੋਨਾ 'ਚ ਦੇਖਿਆ ਹੀ ਐ ਫੇਰ ਲੋਕਾਂ ਨੂੰ ਤੁਸੀਂ ਉਹੀ ਅਰਦਾਸਾਂ ਉਹੀ ਵੀ ਸਿੱਖੀ ਵੀ ਉਦਾਂ ਹੀ ਆ ਜਿਵੇਂ ਕੋਈ ਕਿਸੇ ਉਹਦੇ ਉੱਤੇ ਸਮਾਦ ਤੇ ਜਾ ਕੇ ਮੰਗ ਲੈਂਦਾ ਕਿਤੇ ਕਬਰ ਤੇ ਜਾ ਕੇ ਮੰਗ ਲੈਂਦਾ ਕਿਤੇ ਖਵਾਜਾ ਪੀਰ ਤੋਂ ਮੰਗ ਲੈਂਦਾ ਕਿਤੇ ਕਿਸੇ ਮੰਦਰ ਤੋਂ ਮੰਗ ਲੈਂਦਾ ਕਿਸੇ ਕਿ ਕਿਸੇ ਮੂਰਤੀ ਤੋਂ ਮੰਗ ਲੈਂਦਾ ਹੈ ਉਹੀ ਕੁਛ ਇੱਥੇ ਵੀ ਸਿੱਖੀ ਤੋਂ ਮੰਗ ਲੋ ਸਿੱਖੀ ਨੇ ਸਿੱਖੀ ਜੀਵਨ ਦਾਤ ਹੈ ਸਿੱਖੀ ਇਨਸਾਨੀਅਤ ਤੇ ਰੋਹਾਨੀਅਤ ਦਾ ਮੇਲ ਹੈ ਇਸੇ ਕਰਕੇ ਉਹਦੇ ਵਿੱਚ ਸੱਚ ਹੈ ਇਸੇ ਕਰਕੇ ਉਹਦੇ ਵਿੱਚ ਕੁਰਬਾਨੀ ਹੈ ਇਸੇ ਕਰਕੇ ਤਿਆਗ ਹੈ ਸੋ ਜਿਹੜੇ ਅੱਜ ਵੀਰ ਬਾਲਦੀਪ ਸੇ ਇਹ ਕਹਿ ਕੇ ਕਿ ਜੀ ਸਾਨੂੰ ਦਿੱਲੀ ਦਿੱਲੀ ਕੌਣ ਰੈਕਗਨਾਈਜ਼ ਕਰਨ ਵਾਲੀ ਹਕਮਰਾਨ ਕੌਣ ਨੇ ਦੇਖੋਗਨਾਈਜ਼ ਕਰਨ ਵਾਲੇ ਹਕਮਰਾਨਾਂ ਨੇ ਸਾਡੀ ਪੱਗ ਰੋਲੀ ਹੈ ਜੇ ਹੁਕਮਰਾਨਾਂ ਨੂੰ ਇੰਨਾ ਹੈ ਪਾਰਲੀਮੈਂਟ ਦੇ ਵਿੱਚ ਕਹਿਣ ਵੀ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਸੀ ਗਲਤ ਹੋਇਆ ਸੀ ਸਾਨੂੰ ਅਫਸੋਸ ਹੈ ਅਫਸੋਸ ਜ਼ਾਹਰ ਕਰਨ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਸਟੇਟ ਨਾਲ ਰਲ ਕੇ ਅਫਸੋਸ ਜ਼ਾਹਰ ਕਰ ਤੁਸੀਂ ਮੰਨ ਲਿਆ ਤੁਸੀਂ ਨਹੀਂ ਮੰਨਦੇ ਪਰ ਸਰਕਾਰ ਨਾ ਮੰਨੇ ਜੇ ਭਾਰਤ ਸਰਕਾਰ ਨਹੀਂ ਮੰਦੀ ਫਿਰ ਭਾਰਤ ਸਰਕਾਰ ਦਾੰਦ ਕਹਿੰਦੇ ਹਟ ਗਏ ਸੀ ਆਪਾਂ ਠੰਡੇ ਬੁਰਜ ਦੀ ਕਹਾਣੀ ਪੁੱਟ ਗਈ ਸੀ ਇਹ ਤਾਂ ਹੋਣਾ ਕਿ ਕਿਸੇ ਲੱਗੇ ਨਾ ਆਪਣੇ ਤਾਂ ਸਾਡਾਂ ਚ ਰਚੀ ਹੋਈ ਹੈ ਬਲਕਿ ਇਹ ਇਹ ਆਪ ਦਾ ਇਹਨੂੰ ਸਰਕਾਰੀ ਜਹ ਤੰਤਰ ਬਣਾ ਕੇ ਸ਼ਾਇਦ ਸਾਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨ। ਔਰ ਇਸ ਲੈਵਲ ਤੱਕ ਚਲੇ ਗਏ ਨੇ ਇਹ ਮੈਂ ਜਿਹੜਾ ਆਨੰਦਪੁਰ ਇਹਨਾਂ ਨੇ ਬਣਾਇਆ ਹੈ ਕਿੰਨੇ ਫਰਕ ਪਾਉਂਦੇ ਨੇ। ਬਾਬਾ ਜੀਵਨ ਸਿੰਘ ਧਾਈ ਜੱਤਾ ਗੁਰੂ ਜੀ ਦੇ ਸੀਸ ਉਠਾ ਕੇ ਲਿਆਉਂਦੇ ਨੇ ਐਨੀਆਂ ਤਕਲੀਫਾਂ ਚੋਂ ਨਿਕਲਦੇ ਨੇ ਤੇ ਬਾਬਾ ਜੀਵਨ ਸਿੰਘ ਦਾ ਬੁੰਗਾ ਜਿਹੜਾ ਉਹ ਕਿਸੇ ਨੇ ਕਿੱਥੇ ਰੱਖਿਆ ਕਰੇ ਬਾਬਾ ਜੀਵਨ ਸਿੰਘ ਦਾ ਉੱਥੇ ਜਿਹੜਾ ਅਨੰਦਪੁਰ ਸਾਹਿਬ ਇਹਨਾਂ ਨੇ ਬਣਾਇਆ ਨਾ ਵਿਰਾਸਤ ਖਾਲਸਾ ਉੱਥੇ ਜਾ ਕੇ ਦੇਖੋ ਵੀ ਕੋਈ ਦਿੱਤਾ ਇਤਿਆਸ ਔਰ ਬਾਬਾ ਜੀਵਨ ਸਿੰਘ ਇਸੇ ਮੋਰਚੇ ਤੇ ਜਿੱਥੇ ਪਰਿਵਾਰ ਵਿਛੋੜਾ ਹੋਇਆ ਇੱਕ ਮੋਰਚੇ ਦਾ ਜਰਨੈਲ ਸੀ ਤਿੰਨ ਪਾਸੇ ਮੋਰਚਾ ਸੀ ਉਹ ਇੱਕ ਮੋਰਚੇ ਦਾ ਜਰਨੈਲ ਬਾਬਾ ਜੀਵਨ ਸਿੰਘ ਸੀ ਦੋ ਤਲਵਾਰਾਂ ਇਕੱਠੀਆਂ ਚਲਾਉਂਦਾ ਸੀ। ਨਾਗਨੀ ਤੇ ਬਾਗ ਨੇ ਇਕੱਠੇ ਚਲਾਉਂਦੇ ਸੀ। ਚਮਕੌਰ ਦੀ ਗੜੀ ਦੇ ਵਿੱਚ ਸਭ ਤੋਂ ਆਖਰੀ ਸ਼ਹੀਦ ਉਹ ਸੀ ਜਿਵੇਂ ਕਈ ਮਤਲਬ ਇਤਿਹਾਸ ਦੱਸਦਾ। ਤੇ ਉਹਨਾਂ ਦੇ ਵਿੱਚ ਜੱਟ ਪਾਤ ਸਿੱਖਾਂ ਚ ਪੈਦਾ ਕਰਨੀ। ਸਿੱਖਾਂ ਦੇ ਵਿੱਚ ਸਿੱਖੀ ਰਹਿਤ ਮਰਿਆਦਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣਾ, ਗੁਰਬਾਣੀ ਨੂੰ ਕਿਸੇ ਨ ਕਿਸੇ ਨੂੰ ਤੋੜਨਾ। ਰਲਾ ਇਸਨਾ ਕਰਦੇ ਨੂੰ ਵੀ ਫਰਕ ਹੀ ਨਾ ਰਹੇ। ਅਜੇ ਤੱਕ ਐਨਾ ਸ਼ੁਕਰ ਹੈ ਵੀ ਜੇ ਅਸੀਂ ਕਹਿੰਦੇ ਆ 1430 ਪੰਨੇ ਨੇ ਹੁਣ ਤੱਕ ਹੀ ਅੰਗ ਕਹਿਣ ਲੱਗੇ ਮੈਂ ਤਾਂ ਗੱਲ ਨਹੀਂ ਸਮਝਾਂਦੀ ਵੀ ਅੰਗ ਅੰਗ ਕਿਹਨੋਂ ਉਹ ਤਾਂ ਧੁਰਕੀ ਬਾਣੀ ਹੈ ਧੁਰਕੀ ਬਾਣੀ ਦੇ ਤਾਂ ਕੋਈ ਅੰਗ ਹੀ ਨਹੀਂ ਹੈ ਧੁਰਕੀ ਬਾਣੀ ਦੇ ਕਹਦੇ ਅੰਗ ਹੋਣੇ ਨੇ ਉਹ ਤਾਂ ਬਾਣੀ ਹੈ ਔਰ ਜਿਹਨੂੰ ਨਹੀਂ ਪੜਨੀ ਆਉਂਦੀ ਉਹ ਜਵਾਨੀ ਯਾਦ ਕਰਦਾ ਕਿੰਨੇ ਲੋਕ ਨੇ ਜਿਹੜੇ ਜਵਾਨੀ ਜਪਜੀ ਸਾਹਿਬ ਜਨਤਰੀ ਬੈਠੇ ਹੁੰਦੇ ਨੇ ਉਹਨਾਂ ਨੂੰ ਲਿਖਣਾ ਵੀ ਨਹੀਂ ਆਉਂਦਾ ਮੈਂ ਆਪ ਸੁਣਨੇ ਆ ਸੋ ਜਿਹੜੀ ਜਦ ਤੁਸੀਂ ਉਹ ਵੀ ਸ਼ਾਇਦ ਇਹ ਘਟਾਵਦਾ ਦਿੰਦੇ ਸ਼ਲੋਕਾਂ ਦੀ ਗਿਣਤੀ ਵੀ ਘਟਾਵਦਾ ਦਿੰਦੇ ਜੇ ਇਹਨਾਂ ਦੇ ਵਾਸਤੇ ਕਿਉਂਕਿ ਆਪਾਂ ਨੂੰ ਪਤਾ ਹੈ ਕਿੰਨੀਆਂ ਜਿਹਨੇ ਧੀਰਮੱਲੀਆਂ ਕੋਲੇ ਰਾਮ ਰੇ ਪ੍ਰਿਥੀਆ ਪੁੱਛਿਆ ਤਾਂ ਉਹਨਾਂ ਕੋਲ ਵੀ ਸੀਗੀਆਂ ਨਾ ਹੂੰ ਤੇ ਦਤੂ ਤੇ ਦਸੂ ਸ੍ਰੀ ਜਾਂ ਤੇ ਲਖਮੀ ਚੰਦ ਆਪਾਂ ਨੂੰ ਪਤਾ ਹੈ ਇਹ ਐਂ ਤਾਂ ਹੈ ਨਹੀਂ ਵੀ ਕੋਈ ਮਤਪੇਰ ਨਹੀਂ ਸੀਗੇ ਅਸੀਂ ਉਸ ਵੇਲੇ ਤਾਂ ਸਮਝੋਤਾ ਨਹੀਂ ਕਰਿਆ ਜਿਸ ਵੇਲੇ ਘਰ ਦੇ ਵਿੱਚੋਂ ਇਹ ਉੱਠਿਆ ਹੋਇਆ ਸੀ ਕਿ ਇਹ ਉਹ ਦੱਖਣੀ ਕੰਨ ਤੇ ਸ਼੍ਰੀ ਕੰਨ ਸੀ ਕਿ ਇਹ ਉਹ ਦਾਤੂ ਤੇ ਦਾਸ ਸੀ ਕਿ ਇਹ ਉਹ ਪ੍ਰਥੀਆ ਸੀ ਕਿ ਇਹ ਉਹ ਧੀਰਮੰਦਿਆ ਸੀ ਕਿ ਇਹ ਮੀਨਾ ਮਸੰਦ ਸੀ ਕਿ ਇਹ ਉਹ ਰਾਮਰਾਏ ਸੀ ਉੱਥੇ ਤਾਂ ਅਸੀਂ ਸਮਝੋਤਾ ਨਹੀਂ ਕਰਿਆ ਨਾ ਕਰਾਮਾਤ ਰਾਮਰਾਏ ਨੇ ਇੱਕ ਸ਼ਬਦ ਬਤਵਿਆ ਸੀ ਠੀਕ ਹੈ ਨਾ ਸੋ ਜੇ ਅਸੀਂ ਉਹ ਉਹ ਚਾਹ ਅਸੀਂ ਭੁੱਢੀ ਜਾਂਦੇ ਹਾਂ ਮੇਰੇ ਖਿਆਲ ਹੈ ਜਦ ਤੁਸੀਂ ਕਿਸੇ ਚੀਜ਼ ਹੀ ਨਾ ਗੁੱਡੀ ਕੱਢ ਲਓ ਵਿੱਚੋਂ ਜਿਹੜੀ ਅਸਲੀ ਚੀਜ਼ ਆ ਉਹ ਕੱਢ ਲਓ ਫੇਰ ਠੀਕ ਹੈ ਫੇਰ ਕੰਬੂਤ ਰਹਿ ਜਾਣਾ ਸ਼ਰੀਰ ਹੈ ਮਾਰ ਕੇ ਕੀ ਹੁੰਦਾ ਜਦ ਇੱਕ ਕਲੈਕਟ ਬੰਦਾ ਮਰ ਜਾਂਦਾ ਹੈ ਉਹਦਾ ਜਿਵੇਂ ਰੁਕ ਜਾਂਦਾ ਆਰਗਨ ਕੰਮ ਕਰਨਾ ਹਟ ਜਾਂਦੇ ਆ ਸ਼ਕਲ ਤਾਂ ਉਹੀ ਰਹਿੰਦੀ ਹੈ ਜੇ ਇੱਕ ਦੋ ਮਿੰਟ ਤਾਂ ਫੋਟੋ ਵੀ ਖਿੱਚ ਲੋ ਚਾਹੇ ਤੁਹਾਨੂੰ ਆ ਲੱਗਦਾ ਵੀ ਹੋਣੇ ਉੱਠ ਕਰੇਗਾ ਸੋ ਜਦ ਤੁਸੀਂ ਉਹਦੇ ਵਿੱਚੋਂ ਜਾਨ ਕੱਢ ਦਿੱਤੀ ਉਹਦੀ ਰੂਹ ਖਤਮ ਕਰਤੀ ਤੇ ਫਿਰ ਕਲਬੂਤ ਰਹਿ ਗਿਆ ਉਹਨਾਂ ਨੇ ਬੁੱਤ ਕਹਿੰਦੇ ਨੇ ਖੀਰਾ ਨਾਲ ਭਰੇ ਕਿਸਕਾਰੇ ਮੁਖੜੇ ਦਿਨ ਦਿਲਗੀਰਾਂ ਦੇ ਕਰ ਗੁਜਰਾਨ ਸਤੰਤਰਤਾ ਦੇ ਵਿੱਚ ਮੈਨ ਗੋਦ ਡੇਗੀ ਨਾਂ ਜਿੜੀ ਅਣਖ ਹੈ ਉਹ ਜ਼ਰੂਰੀ ਹੈ ਸੋ ਬਾਲ ਵੀਰ ਬਾਲ ਦਿਵਸ ਕਹਿਣਾ ਇੱਥੇ ਭਾਈ ਤਾਰੂ ਸਿੰਘ ਹੋਰਾਂ ਦੇ ਬਰਾਬਰ ਇਹਨਾਂ ਨੇ ਵੀਰ ਹਕੀਕਤ ਰਾਏ ਖੜਾਤਾ। ਹੁਣ ਇਹ ਵੀਰ ਬਾਲਦੇਵਸ ਕਿਉਂਕਿ ਹਕੀਕਤ ਰਾਏ ਦੀ ਐਡਾ ਬਹੁਤ ਵੱਡੀ ਉਮਰ ਨਹੀਂ ਸੀ। ਹਾਲਾਂਕਿ ਇਹਦੇ ਤਹੋ ਉਮਰ ਇੰਨਾਂ ਨਾ ਤਾਂ ਦੁੱਗਣੀ ਸੀ। ਉਹਦੀ ਤਾਂ ਲੜਾਈ ਸੀ ਵੀ ਇਹ ਫਾਤਮਾ ਨੂੰ ਉਹਨੇ ਕਹਤਾ ਤੇ ਉਹਨੇ ਦੇਵੀ ਨੂੰ ਕਹਤਾ। ਇਹ ਲੜਾਈਆਂ ਤਾਂ ਰੋਜੀ-ਜੁਪੀ ਚੋਰੀਆਂ ਨੇ। ਉਹ ਨੂੰ ਇਤਿਹਾਸ ਦੀ ਕਿਤਾਬ ਹੈ ਮੇਰੇ ਸਾਹਮਣੇ। ਇਸ ਇਤਿਹਾਸਿਕ ਕਿਤਾਬ ਚ ਪਾਈ ਤਾਰੂ ਸਿੰਘ ਹੋਰਾਂ ਦੇ ਬਰਾਬਰ ਪਾਇਆ ਹੈ। ਆリエ 12ਵੀਂ ਦੀ ਕਿਤਾਬਾਂ ਨੂੰ ਅਸੀਂ ਕਹਿੰਦੇ ਆ ਨਾ ਜਿਹੜੇ ਵੀ ਹੁਣ ਯੰਗ ਲੋਗ, ਯੂਥ ਕਿਵੇਂ ਇਹਨਾਂ ਦੇ ਪਿੱਛੇ ਤੁਰੇ ਫਿਰਦੀ ਹੈ, ਇਹਨਾਂ ਦੇ ਪਿੱਛੇ ਤੁਰੇ ਫਿਰਨ ਦਾ ਵੱਡਾ ਕਾਰਨ ਹੈ। ਕਿ ਕੋਈ ਐ ਨਹੀਂ ਹੈ। ਇਹ ਅਸੀਂ ਕਿਉਂਕਿ ਅਸੀਂ ਆਪਣੇ ਆਪ ਨੂੰ ਸਾਰੇ ਦਾ ਸਾਰਾ ਇਹ ਬਣਾਤਾ ਕਿ ਜੋ ਮਰਜ਼ੀ ਦੀ ਹੀ ਜਾਓ। ਜਿਹੜਾ ਲੱਖ ਸਵਾ ਲੱਖ ਬੱਚਾ 12ਵੀਂ ਦਾ ਇਤਿਹਾਸ ਪੜ੍ਹਦਾ ਹੈ, ਔਰ ਜਿਹੜਾ ਪਿਛਲੇ 25 30 ਸਾਲ ਤੋਂ ਪੜਦਾ ਆ ਰਿਹਾ ਹੈ ਉਹਨਾਂ ਨੇ ਫਿਰ ਇਹੀ ਸਿੱਖਣਾ ਨਾ ਤੁਸੀਂ ਦੱਸੋ ਮੈਨੂੰ ਜੇ ਹੋਰ ਕੋਈ ਸਿੱਖੇਗਾ ਮੈਂ ਕਿਉਂ ਕਹਿਣਾ ਕਿਉਂਕਿ ਅਜੇ ਵੀ ਇਹਨਾਂ ਦੇ ਵਿੱਚ ਇੱਕ ਪ੍ਰਾਬਲਮ ਹੈ ਇੱਕ ਸਮੱਸਿਆ ਹੈ ਜਿਹੜੀ ਸਿੱਖੀ ਨੂੰ ਸਮਝਿੰਦਾ ਹੈ ਜਿਹੜੀ ਪੰਜਾਬੀ ਨੂੰ ਸਮਝਣੀ ਪਏਗੀ ਤੁਸੀਂ ਮੈਨੂੰ ਐਂ ਦੱਸੋ ਆਪਾਂ ਕੋਈ ਵੀ ਰਸਮਾਂ ਰਿਵਾਜ ਕਰਦੇ ਹਾਂ ਕਿਉਂ ਕਰਦੇ ਹਾਂ ਵਿਆਹ ਕਰ ਦੇ ਨੇ ਲੋਕ ਇਹ ਮੁਰਦਾ ਸਾੜਦੇ ਨੇ ਕਿਉਂ ਸਾੜਦਾ ਮੁਰਦਾ ਕੁਝ ਕੋਈ ਵਿਜੀਵਤਾ ਪਰ ਅਰਦਾਸ ਕਰਦੇ ਆ ਹੋਰ ਕਰਦੇ ਆ ਨਾ ਉਹ ਸਾਰਾ ਕੁਝ ਹੀ ਸਾਡਾ ਕਰਨ ਛੱਡੋ ਯਾਰ ਮੁਰਦਾ ਇੱਥੇ ਛੁੱਡੋ ਵੇ ਆ ਚਲੋ ਜਿਹੜਾ ਮਰਜੀ ਕੁੜੀ ਮੁੰਡਾ ਤੁਰ ਗਿਆ ਫਿਰ ਕੀ ਹੋ ਗਿਆ ਉਹ ਜਿਹੜਾ ਮਰਜੀ ਤੁਰ ਗਿਆ ਤਾਂ ਉਹਨੂੰ ਤਾਂ ਇਹ ਜਿਹੜੀ ਅੱਜ ਦੀਆਂ ਅਦਾਲਤਾਂ ਨੇ ਅੱਜ ਦਾ ਜਿਹੜਾ ਰਾਜ ਇਹ ਵੀ ਨਹੀਂ ਮੰਨਦਾ ਕਹਿੰਦਾ ਕੁਝ ਵਿਜੀਵਤਾ ਹੋਣਾ ਹੀ ਚਾਹੀਦਾ ਹੈ ਜਿਆਦਾ ਤੁਹਾਡੀ ਵਿਜੀ ਦੇ ਉੱਤੇ ਜਦ ਤੁਹਾਡੇ ਸੱਭਿਆਚਾਰ ਦੇ ਉੱਤੇ ਜਦ ਤੁਹਾਡੀ ਬੋਡੀ ਦੇ ਉੱਤੇ ਹਮਲਾ ਕਰਿਆ ਜਾਂਦਾ ਹੈ ਫਿਰ ਤੁਸੀਂ ਗੁਲਾਮ ਬਣਦੇ ਹੋ ਦੁਨੀਆ ਦੇ ਵਿੱਚ ਵੱਡੇ ਵੱਡੇ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਇਹ ਕਿਹਾ ਵੀ ਕਿਸੇ ਨੂੰ ਤਲਵਾਰ ਦੇ ਜ਼ੋਰ ਗੁਲਾਮ ਬਣਾਉਣ ਦੀ ਲੋੜ ਨਹੀਂ ਹੈ ਉਹਦੀ ਬੋਡੀ ਬਦਲ ਦੋ ਉਹਦਾ ਸੱਭਿਆਚਾਰ ਬਦਲ ਦੋ ਉਹਦਾ ਪਹਿਰਾਵਾ ਬਦਲ ਦੋ ਉਹਦਾ ਖਾਣਾ ਪੀਣਾ ਬਦਲ ਦੋ ਆਪ Pio ਤੁਹਾਡਾ ਬਣ ਜੇਗਾ ਕੁਲੋਰੀ ਨਹੀਂ ਬਤੀ ਤੁਸੀਂ ਇਹ ਸਾਬਤ ਕਰਨਾ ਸ਼ੁਰੂ ਕਰ ਦੋ ਵੀ ਚਾਹੇ ਡਾਕਟਰੀ 라ਹੀਂ ਚਾਹੇ ਸ਼ਕਲ ਸੂਰ ਦੇ ਤੌਰ ਤੇ ਚਾਹੇ ਕੋਈ ਮੀਡੀਆ 라ਹੀਂ ਕਿ ਜੀ ਇਹ ਇਹ ਨਾ ਇਹ ਦਾੜੀ ਕੇਸ ਰੱਖ ਕੇ ਤੇ ਫਿਰ ਇਸ ਨਾਲ ਪੱਗ ਬੰਨਣੀ ਇਹ 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 ਨਹੀਂ ਕੰਮ ਚੰਦਾ ਅਨੋਠਪਦੀ ਹਲਾ ਰਾਈ ਕੀ ਹੈ ਸੋ ਇਹ ਜਦ ਤੁਸੀਂ ਇਹ ਕਹਿ ਕੇ ਫਿਰ ਉਹ ਕੀ ਸੇ ਦਾ ਕਤਲ ਕਰਾਉਣਾ ਸ਼ੁਰੂ ਕਰ ਦੇਗੇ ਪਹਿਚਾਨ ਖਤਮ ਹੋਈ ਨਾ ਫਿਰ ਉਹ ਕਰਨਗੇ ਕੀ ਫਰਕ ਪੈਂਦਾ ਹੈ ਵੀ ਆ ਕਪੜੇ ਐ ਪਾਲੇ ਕੇ ਐ ਪੜ ਕੇ ਸ਼ਾਰ ਪਾਲੇ ਕੇ ਨਾ ਪਾਲੇ ਜਿਹੜੇ ਡਾ ਨਹੀਂ ਵੀ ਪਤਾ ਵੀ ਕੀ ਖਾਸ ਗੱਲ ਹੈ ਹੂੰ ਗਾਤਰਾ ਪਾਲੇ ਜਾਂ ਨਾ ਪਾਲੇ ਕਿਹੜੀ ਖਾਸ ਗੱਲ ਹੈ ਫਿਰ ਇਹ ਵੀ ਕਹ ਦੇਣਗੇ ਫਿਰ ਦੀ ਜਸਟੀਫਿਕੇਸ਼ਨ بڑے ਵੱਡੇ ਵੱਡੇ ਵਿਦਵਾਨ ਆ ਜਾਣਗੇ ਵੀ ਯਾਰ ਤੁਸੀਂ ਪਾ ਕੇ ਰੱਖਦੇ ਹੋ ਤੁਸੀਂ ਕਦੇ ਕਿਸੇ ਨੂੰ ਇਹਦੇ ਨਾਲ ਕਿਸੇ ਦਾ ਬਚਾ ਕਰਿਆ ਉਹਨੂੰ ਪੁੱਛੀ ਵੀ ਤਲਵਾਰ ਹਰ ਵਕਤ ਚ ਚਲਾਈ ਜਾਂਦੀ ਆ ਫੌਜ ਐਡੀ ਬੈਠੀ ਆ ਸਾਡੀ ਇਹ ਰੋਜ਼ ਹੀ ਲੜਾਈ ਕਰੀ ਜਾਂਦੀ ਆ ਜੇ ਤੋਰ ਪੂ ਤਾਂ ਬਹੁਤ ਵਰਤਦੀ ਨੇ ਸੋ ਇਹ ਇਸ ਕਰਕੇ ਸਾਨੂੰ ਇਹ ਗੱਲ ਸਮਝਣੀ ਪੈਗੀ ਕਿ ਸਾਡੀ ਬੁੱਢੀ ਪੰਜਾਬੀ ਬੁੱਢੀ ਸਾਡਾ ਸਿੱਖੀ ਵੇਸ਼ ਸਾਡਾ ਸਿੰਘ ਸਜਣ ਦਾ ਤੇ ਪੂਰੇ ਬਾ ਵਰਦੀ ਸਭ ਤੋਂ ਸੂਰਤ ਖਾਲਸਾ ਬਣਦਾ ਆਪਣਾ ਇੱਕ ਤਰੀਕਾ ਹੈ ਕਿ ਜੋ ਤਾ ਉਹ ਤਰੀਕੇ ਨੂੰ ਬਦਲ ਦੇਾਂਗੇ ਤੇ ਫਿਰ ਫਿਰ ਤਾਂ ਸੜਾ ਕੋਈ ਫਰਕ ਨਾ ਰਹੇ ਨਾ ਫਰਕ ਹੋਰ ਕੀ ਹੁੰਦਾ ਲੋਕ ਤਾਂ ਘਰਾਂ ਵਾਸਤੇ ਯਾਰ ਅਗਲਾ ਰੰਗ ਬਦਲ ਨੂੰ ਚਾਹ ਰਹੇ ਕਹਿੰਦਾ ਯਾਰ ਇੱਕ ਇਥੇ ਝਗੜਾ ਨਾ ਪੈ ਜੇ ਇਹ ਥੋੜਾ ਇਹ ਮੇਰਾ ਸੋ ਕਹਿਣ ਦਾ ਮਤਲਬ ਇਥੇ ਹੀ ਆਏ ਨੇ ਹਾਂ ਹਾਂ ਤੁਸੀਂ ਸਵਾਰਕ ਸਵਾਰਕ ਮੈਂ ਸਵਾਲ ਇੱਕ ਕਰੀਗਾ ਕਿਉਂਕਿ ਅੱਜ ਅਸੀਂ ਗੱਲ ਵਿਚ ਕਰ ਰਹੇ ਸੀ ਕਿ ਗੁਲਾਮੀ ਤੁਹਾਨੂੰ ਗੁਲਾਮ ਬਣਾ ਕੇ ਨਸਿਆ ਜਾਂਦਾ ਹੈ ਇਤਿਹਾਸ ਚ ਛੇੜਖਾਨੀ ਕਰ ਦਿੱਤੀ ਜਾਂਦੀ ਹੈ ਤੁਹਾਨੂੰ ਤੁਹਾਡੀ ਸਿੱਖੀ ਤੋਂ ਦੂਰ ਕਰਨ ਲਈ ਹਰ ਤਰੀਕੇ ਦਾ ਜਾਂ ਆਪਣੇ ਧਰਮ ਤੋਂ ਦੂਰ ਕਰਨ ਲਈ ਹਰ ਤਰੀਕੇ ਦਾ ਤੰਡਾ ਵਰਤਿਆ ਜਾਂਦਾ ਏਹੀ ਮੇਰੇ ਧਿਆਨ ਚ ਆਇਆ ਕਿ ਅੰਮ੍ਰਿਤਪਾਲ ਸਿੰਘ ਵੀ ਕਹਿੰਦਾ ਕਿ ਤੁਹਾਨੂੰ ਗੁਲਾਮ ਬਣਾਇਆ ਜਾ ਰਿਹਾ ਤਾਂ ਫਿਰ ਆਪਾਂ ਉਸ ਸਹੀ ਕਿਉਂ ਨਹੀਂ ਕਹਿੰਦੇ ਸ਼ਰੋਣੀ ਕਮੇਟੀ ਚਲੋ ਆਪਣੇ ਤਰੀਕੇ ਨਾਲ ਕਹਿੰਦੀ ਹੈ ਕਿ ਵੀਰਬਾਲ ਦੇ ਤੁਸੀਂ ਕਿਉਂ ਬਣਾਉਂਦੇ ਨੇ ਹੋਰ ਸੰਪਰਦਾਵਾਂ ਜਿਹੜੀਆਂ ਉਹ ਉਸ ਤਰੀਕੇ ਨਾਲ ਆਵਾਜ਼ ਨਹੀਂ ਚੁੱਕਦੀਆਂ ਖੁੱਲੇ ਆਮ ਸਾਹਮਣੇ ਆ ਕੇ ਜਿਸ ਤਰੀਕੇ ਨਾਲ ਅਮਰਤਪਾਲ ਸਿੰਘ ਕਹਿੰਦਾ ਕਿ ਆ ਦੇਖੋ ਇਹ ਗੁਲਾਮੀ ਹੈ ਜੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਨੌਜਵਾਨ ਆਪਣੇ ਟਰੈਕਟਰ ਦੇ ਉੱਤੇ ਭਿੰਡਰਾਲਿਆਂ ਦੀ ਤਸਵੀਰ ਲਾਉਂਦਾ ਤਾਂ ਉਹਨੂੰ ਫੜ ਕੇ ਉਹ ਤੇ ਪਰਚਾ ਦੇ ਦਿੱਤਾ ਜਾਂਦਾ ਫਿਰ ਉਹ ਕਹਿੰਦਾ ਕਿ ਦੇਖੋ ਜੀ ਇਹ ਤਾਂ ਗੁਲਾਮੀ ਹੈ ਸਾਡੇ ਉੱਤੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਪਿੰਡ ਰਾਲੇ ਦੇ ਤਸਵੀਰਾਂ ਲੱਗੀਆਂ ਗਾਣੇ ਚੱਲਦੇ ਨੇ ਉਹਨਾਂ ਦੇ ਜਕਾਰੇ ਛੱਡੇ ਜਾਂਦੇ ਨੇ ਖਾਲਸਾਤਾਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਇੱਥੇ ਵੀ ਕਿਹਾ ਜਾਂਦਾ ਕਿ ਅਸੀਂ ਹਾਲੇ ਵੀ ਗੁਲਾਮ ਆ ਆਪਣੀ ਧਰਤੀ ਦੇ ਉੱਤੇ ਇਸੇ ਕਰਕੇ ਵੱਖਰੇ ਰਾਜ ਦੀ ਮੰਗ ਹੁੰਦੀ ਹੈ ਇਸ ਵਾਲੇ ਦੇ ਨਾਲ ਮੇਰੇ ਧਿਆਨ ਚ ਆਇਆ ਬੜਾ ਫਰਕ ਆ ਦੁਹਾਂ ਚ ਦੇਖ ਨੂੰ ਇੱਕ ਜੇ ਪਹਿਲੀ ਨਜ਼ਰ ਦੇਖੀ ਤਾਂ ਸਹੀ ਲੱਗਦਾ ਜੇ ਇਹ ਅੱਡੀ ਗੁਲਾਮੀ ਹੈ ਤੇ ਕਿਸੇ ਦੀ ਹਿੰਮਤ ਹੈ ਕੋਈ ਕਦੇ ਵੀ ਜਿਹੜਾ ਸਾਡੇ ਘਰ ਵੜੂਗਾ ਅਸੀਂ ਦਾ ਸੌਦਾ ਲਾ ਦਾਂਗੇ ਇਹ ਹਿੰਮਤ ਹੈ ਕਰੇ ਉਹ ਉਸੇ ਵਕਤ ਅੰਦਰ ਫਲਾਣ ਬਾਰਦੇ ਨੇ ਆ ਆ ਕਿੰਨੇ ਬੱਚੇ ਜਿਹੜੇ ਨੇ ਉਹ ਜਿਨ੍ਹਾਂ ਚ ਬੈਠੇ ਨੇ ਯੂਪੀਏ ਦੇ ਅੰਦਰ ਗੁਲਾਮੀ ਆ ਅਸਲੀ ਅਜੇ ਵੀ ਜੇ ਅਜੇ ਗੁਲਾਮੀ ਚੱਲ ਰਹੀ ਹੈ ਜਿਹੜੀ ਸਿੱਖੀ ਵੀ ਉਸ ਗੁਲਾਮੀ ਕਰ ਰਹੀ ਹੈ ਮੈਂ ਬਾਬਾ ਜੀ ਵੀਰ ਸਿੰਘ ਦੀ ਗੱਲ ਕਰਕੇ ਕਹਿੰਦਾ ਉਹ ਅਜੇ ਵੀ ਦਲਤਾਂ ਨਾਲ ਹੋ ਰਹੀ ਹੈ ਮੋਟਰਸਾਈਕਲ ਅੱਗੇ ਲੰਘਿਆ ਬੱਚੇ ਦਾ ਪਿੰਡਾਂ ਦੀ ਫੋਟੋ ਦਾ ਹੋਰ ਮਤਲਬ ਹੈ ਸੰਤ ਪਿੰਡਾਂ ਦੀ ਫੋਟੋ ਦਾ ਫੇਰ ਵੀ ਪਰ ਇੱਕ ਮੋਟਰਸਾਈਕਲ ਅੱਗੇ ਲੰਘ ਜਾਂਦਾ ਉਹ ਤਾਂ ਤੁਸੀਂ ਕਚਲ ਕਰ ਦਿੰਨੇ ਇੱਕ ਲੜਕੀ ਦਾ ਗੈਂਗ ਰੇਪ ਹੁੰਦਾ ਉਹਦੀ ਨਾਸ ਸਾੜਨ ਵਾਸਤੇ ਉਹ ਘਰ ਦੇ ਨਹੀਂ ਜਾ ਸਕਦੇ ਤੇ ਤੁਸੀਂ ਉਹਦੀਆਂ ਗਲੀਆਂ ਤੇ ਲੋਕਾਂ ਨੂੰ ਜਾਣ ਆ ਲੈਣ ਦਾ ਪਹਿਰਾ ਲਾ ਦੇਣ ਤੇ ਮੁੜ ਕੇ ਜਿਨ੍ਹਾਂ ਨੇ ਗੈਂਗ ਰੇਪ ਕਰਿਆ ਉਹਨਾਂ ਦੇ ਹਾਰ ਪਾਉਣੇ ਇਹ ਹੈ ਗੁਲਾਮੀ ਦੀ ਨਿਸ਼ਾਨੀ ਆ ਆ ਸਮਾਉਂ ਉਲਟ ਪਾਸੇ ਆ ਉਹ ਜੀ ਸਾਡਾ ਆਇਆ ਜੀ ਪੁਰਾਣਾ ਆ ਜਿਨੋਂ ਤੁਸੀਂ ਜਿਹੜਾ ਅੱਜ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਵੀ ਸ਼ੈਡੂਲਡ ਕਾਸਟ ਨੌਨ ਸ਼ੈਡੂਲਡ ਕਾਸਟ ਜੱਟ ਨੌਨ ਜੱਟ ਹਿੰਦੂ ਸਿੱਖ ਮੁਸਲਮਾਨ ਅਸਾਈ ਉਹ ਸਿੱਖੀ ਦੇ ਉਲਟ ਹੈ ਸਿੱਖੀ ਜਿਹੜੇ ਕਹਿੰਦੇ ਆਪਦੇ ਸਭ ਮਰਨਾ ਕੋ ਸਾਂਝਾ ਜੀਨੂ ਲੰਦਰ ਕਰ ਕਰ ਹੋਈ ਧਰਮ ਸਾਹਿਬ ਹੋਈ ਕੀਰਤਨ ਸਦਾ ਸਦਾ ਸਿੱਖੀ ਤਾਂ ਮਨੁੱਖਤਾ ਸਿਕਿਤਾ ਕਿਰਤ ਸਿਕਿਤਾ ਜਿਸ ਨਾਮ ਦੇ ਖਿਲਾਫ ਲੜਦੀ ਹੈ ਜਿਹੜਾ ਗੁਰੂ ਸਹਿਬਾਨ ਦੀ ਲੜਾਈ ਹੈ ਜੁਨੀਅਰ ਲੜਾਈਆਂ ਹੋਈਆਂ ਨੇ ਤੁਹਾਨੂੰ ਕਿਤੇ ਬਗਦਾਦ ਵੀ ਉਹ ਲੜਾਈਆਂ ਉਹਨਾਂ ਨੇ ਅਪਡੇਟ ਨਿਜਵਾਸੀ ਹੋਈਆਂ ਨੇ ਆਪਾਂ ਸ਼ੁਰੂ ਕਰ ਲਓ ਗੁਰੂ ਨਾਨਕ ਦੇਵ ਜੀ ਨੂੰ ਚੱਕੀਆਂ ਵੀ ਨਹੀਂ ਪਈਆਂ ਉੱਥੇ ਕੋਈ ਵੱਖਰੀ ਸਿੱਖੀ ਨਹੀਂ ਸੀ ਨਾ ਠੀਕ ਹੈ ਉਹਨਾਂ ਨੇ ਕਿਉਂ ਕਿਹਾ ਬਾਬਰ ਨੂੰ ਜਾਵਰ ਕਿਹਾ ਕਿਉਂਕਿ ਜ਼ੁਰਮ ਕਰਦਾ ਸੀ ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਮੇਰੇ ਤੇ ਕੋਈ ਜ਼ੁਲਮ ਕਰਦਾ ਇਹ ਉਹ ਤਾਂ ਬਲਕੇ ਚੱਕੀਆਂ ਪੀਣ ਵੀ ਲੱਗੇ ਠੀਕ ਹੈ ਤੂੰ ਬਾਕੀਆਂ ਨੂੰ ਪਿਆਣ ਮੇਤੋਂ ਬਣਾ ਗੁਰੂ ਅਰਜਨ ਸਾਹਿਬ ਨੇ ਚਤਨ ਚਾਹਗਿਆਂ ਤੇ ਬੈਠੇ ਕਿਉਂ ਕਿ ਜਿਹੜਾ ਜਹਾਂਗੀਰ ਦੇ ਮੁੰਡੇ ਨੇ ਬਗਾਵਤ ਕੀਤੀ ਸੀ ਆਪਦੇ ਬਾਪ ਦੇ ਖਿਲਾਫ ਉਹਨੂੰ ਅਸ਼ੀਰਵਾਦ ਦਿੱਤਾ ਵੀ ਠੀਕ ਹੈ ਇਹ ਰਾਜ ਖਰਾਬ ਕਰ ਦੇ ਤੋ ਠੀਕ ਗੁਰੂ ਸਾਹਿਬ ਨੇ ਤਾਂ ਕੋਈ ਰਾਜ ਨਹੀਂ ਲੈਣਾ ਸੀ ਮਸੰਦਾ ਨੇ ਮਹੰਤਾ ਨੇ ਕਬਜ਼ਾ ਕਰ ਲਿਆ ਦਰਵਾਸਾ ਤੇ ਠੀਕ ਹੈ ਕੁਝ ਇਕ ਤਾਂ ਨਹੀਂ ਨਾ ਪੰਜਵੇਂ ਪਾਸੇ ਤੋਂ ਬਾਅਦ ਤਕਰੀਬਨ ਕਿਸੇ ਨੂੰ ਦਰਵਾਸਾ ਵਜਾ ਨਹੀਂ ਦਿੱਤਾ ਗਿਆ ਗੁਰੂ ਤੇਗ ਬਹਾਦਰ ਜੀ ਆਪਣਾ ਪਤਿਆ ਮਖਵਾਲ ਤੇ ਉਹ ਮਖਵਾਲ ਜਗਾਦਾ ਨਹੀਂ ਅਸਲ ਤੇ ਅਨੰਦਪੁਰ ਸਾਹਿਬ ਜਿਹੜਾ ਉਹ ਜਗਾ ਮੋਢਾ ਲੈ ਕੇ ਬਣਾਇਆ ਸੀ ਸੋ ਵਾਪਸ ਮੁੜਤੀ ਸੀ ਤੇ ਅਗਾ ਕਮਲਾ ਕਹਿੰਦੇ ਦਰਬਾਰ ਸਾਹਿਬ ਤੇ ਫਿਰ ਹੁਣ ਉਹ ਇਹ ਜੀ ਆਪਾਂ ਦੇਖੀਏ ਗੁਰਜੇ ਬਾਤ ਦੀ ਜਿਹਨੇ ਸੀ ਸੱਤਾ ਕਿਦੇ ਵਾਸਤੇ ਸੀ ਮਜ਼ਲੂਮ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੀਂ ਕੁਰਬਾਨੀ ਦਿੱਤੀ ਕਿਦੇ ਵਾਸਤੇ ਪਿਣਾ ਜ਼ੁਲਮ ਦੇਖਾ ਤਹੀਂ ਤਾਂ ਤਹੀਂ ਦਾ ਮਾਚੀ ਬਰ ਦੇ ਜੰਗਲਾਂ ਚ ਮੇਰੇ ਪ੍ਰੀਤਮ ਪੈ ਕਹਿੰਦੇ ਨੇ ਚਾਰੜੇ ਦਾ ਸਾਨੂੰ ਸੱਤਰ ਚੰਗੇਰਾ ਪਟਕੇ ਦਾ ਮਾਰ ਲਾਈਨ ਫਿੱਤੀ ਹੋਈ ਐ ਮੈਂ ਕਿਹਦੇ ਨਾਲ ਜਦ ਤੁਸੀਂ ਮਜ਼ਲੂਮ ਤੇ ਵਾਰ ਕਰੋਗੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕਿਸੇ ਵੀ ਚੀਜ਼ ਦੇ ਨਾਂ ਤੇ ਤੁਹਾਡੀ ਲੜਾਈ ਸਟੇਟ ਨਾਲ ਫਿਰ ਲੜੋ ਸਟੇਟ ਨਾਲ ਤੁਸੀਂ ਸਟੇਟ ਨਾਲ ਲੜਨ ਦੀ ਵਜ ਕੋ ਹੋਰੀ ਕਰੀ ਜਾਂਦੇ ਆਂ ਜਿਹੜਾ ਤੁਹਾਡੇ ਵਿਚਾਰਾਂ ਨਹੀਂ ਖੁੱਲ ਗੁਰੂ ਸਾਹਿਬ ਨੇ ਤਾਂ ਕਿਹਾ ਜਦ ਤੱਕ ਦੁਨੀਆ ਰਹੀ ਇਹ ਨਾਨਕ ਹੀ ਸੁਣੀਏ ਕਛ ਕਹੀਏ ਇਹ ਕਹਿੰਦੇ ਜਿਹੜਾ ਸਾਡੇ ਕੋਲ ਆ ਬੋਲਦਾ ਉਹਦੇ ਉਹ ਦੱਸਦਾ ਦਲਾ ਦੇਣਾ ਇਹ ਗੁਰਬਾਣੀ ਹੈ ਜੇ ਗੁਰਬਾਣੀ ਹੈ ਤਾਂ ਮੈਂ ਤੂੰ ਮੁਨਕਣਾ ਇਹਨਾਂ ਦੇ ਹਿਸਾਬ ਨਾਲ ਜੇ ਗੁਰਬਾਣੀ ਹੈ ਇਹ ਗੁਰਬਾਣੀ ਨਹੀਂ ਹੈ ਇਹ ਸਿੱਖੀ ਨਹੀਂ ਹੈ ਸਿੱਖੀ ਗੁਰਬਾਣੀ ਹੈ ਸਿੱਖੀ ਦਾ ਅਸਰ ਜਦ ਹੀ ਆ ਔਰ ਸਿਕਿਉਨਿਟੀ ਆ ਸਰਦਿਆ ਹੈ ਸੇਕੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਕੇ ਦਿਖਾਈ ਅਰੇ ਉਹਦੇ ਵਿੱਚ ਕੋਈ ਜਾਤ ਪਾਤ ਦਾ ਫਰਕ ਨਹੀਂ ਸੀ ਬਲਕਿ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਕੋਈ ਹੰਦਾ ਨਹੀਂ ਕਹਿੰਦੇ ਇਹਨਾਂ ਨੂੰ ਪਿੰਡ ਦੇ ਇੰਚਾਰਜ ਬਣਾ ਦੋ ਬਣਾ ਕੇ ਜੇ ਸਨ ਦੇ ਦਿੱਤੀ ਤਾਂ ਫਿਰ ਸਾਰੇ ਉਹੀ ਆਪਣੇ ਲੈ ਕੇ ਖੜ ਗਏ ਥਾਲ ਉਹਨਾਂ ਨੂੰ ਉਹਨਾਂ ਦੀ ਆਪਕਤ ਕਰ ਰਹੇ ਨੇ ਸੋ ਤਾਕਤ ਤਾਕਤ ਨੂੰ ਕੰਨ ਦੇਣ ਦੀ ਇਸੇ ਕਰਕੇ ਕਿਹਾ ਨਾ ਕਿਨੀਓਂ ਸੇ ਮੈਂ ਬਾਜਿਤ ਰਹਾ ਹੂੰ ਕਿਨੀ ਨੂੰ ਬਾਜ ਨਹੀਂ ਬਣਾਇਆ ਚਿੜੀ ਨੂੰ ਚਿੜੀ ਟੋਂਡੀ ਇਹਨੂੰ ਤੂੰ ਚਿੜੀ ਕਹਿੰਦਾ ਨਾ ਇਹ ਤੈਨੂੰ ਤੋੜੂ ਮੈਨੂੰ ਕਈ ਵਾਰੀ ਛੋਟੀ ਜਿਹੀ ਗੱਲ ਮੈਂ ਕਹਿੰਦਾ ਕਈ ਵਾਰੀ ਜਦ ਕੋਈ ਕਹਿੰਦਾ ਨਾ ਵੀ ਆਹ ਮੇਰੀ ਧੀ ਤਾਂ ਮੇਰੇ ਪੁੱਤਾਂ ਵਰਗੀ ਐ ਮੈਨੂੰ ਬੜਾ ਬੁਰਾ ਲੱਗਦਾ ਵੀ ਯਾਰ ਧੀ ਤਾਂ ਧੀ ਐ ਮੈਂ ਇਹਦਾ ਮਤੂ ਸਮਝਦਾ ਵੀ ਪੁੱਤ ਹੀ ਜ਼ਿਆਦਾ ਤਕੜੇ ਹੁੰਦੇ ਨੇ ਇਹ ਧੀ ਵੀ ਤਖਣੀ ਐ ਇਸ ਕਰਕੇ ਇਹਦੇ ਪੁੱਤ ਹੀ ਕਹੋ ਇਸਨੂੰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਗੁਰੂ ਸਾਹਿਬ ਨੇ ਕਿਹਾ ਇਸੇ ਤੋਂ ਇਸੇ ਮਜ਼ਲੂਮ ਤੋਂ ਜਿਹਨੂੰ ਤੁਸੀਂ ਕਹਿੰਦੇ ਇਹੀ ਲੜੂ ਤੁਹਾਡੇ ਖਲਾ ਆ ਤੁਹਾਨੂੰ ਚਪਟੇਗਾ ਗੁਰੂ ਸਾਹਿਬ ਨੇ ਜਦ ਲੜਕੀਆਂ ਨੂੰ ਕਾਰ ਬਣਾਤਾ ਇਹ ਵੀ ਇਹੀ ਇਹੀ ਗਰੀਬ ਗੁਰਮੀਆਂ ਇਹੀ ਇਹੀ ਜਹਾਦੀਆਂ ਨੇ ਅਰੇ ਹਿੱਟਲਬਰ ਚ ਲਾਉਣੀਆਂ ਦੀਆਂ ਇਹੀ ਖੰਡੇ ਬਾਟੇ ਦੇ ਰਪਾਲ ਛੱਕ ਕੇ ਇਹੀ ਸੂਈਆਂ ਬਣਨ ਗਈਆਂ ਬੀਬੀ ਸ਼ਰਨ ਕੌਰ ਜਮਰਾਦ ਦੇ ਕਿਲੇ ਦੇ ਵਿੱਚ ਸੁਣੀਆਂ ਕਹਾਣੀ ਨਾ ਤੁਸੀਂ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਨੇ ਕਿੱਡੇ ਕਿੱਡੇ ਹੋਣ ਭਾਈ ਤਾਰੂ ਸਿੰਘ ਨੇ ਖੋਪੜੀ ਕਿਉਂ ਨਾ ਹਾਈ ਅਬ ਤੇ ਬਸ ਨਹੀਂ ਜ਼ੋਰ ਮਣੇ ਖਾ। ਸੋ ਇਸ ਕਰਕੇ ਇਹ ਜਿਹੜਾ ਕਿਹਾ ਵਰਤਾਰਾ ਹੈ ਜਿਹੜਾ ਕਿਹਾ ਜਾ ਰਿਹਾ ਹੈ ਜਿਹੜੇ ਲੋਕਾਂ ਨੂੰ ਵੀ ਆਪਾਂ ਉਹ ਵੀ ਕਰ ਦੋ ਐ ਵੀ ਕਰ ਦੋ ਐ ਬੜਾ ਕੁਝ ਹੋ ਰਿਹਾ ਹੈ ਕਿਉਂਕਿ ਯੂਥ ਸਾਡੀ ਬੇਚੈਨ ਹੈ। ਸਾਡੀ ਜਿਹੜੀ ਸਿੱਖ ਕੌਮ ਹੈ ਉਨੇ ਆਪਣੇ ਆਪ ਨੂੰ ਪਿਛਲੇ 30-35 ਸਾਲ ਚ ਆਰਐਸਐਸ ਦੇ ਬ੍ਰਾਹਮਣਵਾਦ ਦੇ ਪੱਲੇ ਪਾ ਛੜਿਆ ਉਹਦੇ ਵਿੱਚ ਐਸਜੀਪੀਸੀ ਸ਼ਾਮਲ ਹੈ ਉਹਦੇ ਸ਼੍ਰੋਮਣੀ ਕਾਦੀ ਦਲ ਸ਼ਾਮਲ ਹੈ ਇਹ ਇਸ ਕਰਕੇ ਉਹਦੇ ਬ੍ਰਾਹਮਣ ਹੁਣ ਕੀ ਆ ਉਹਨੂੰ ਦਿੱਲੀ ਗੁਰਦੁਆਰੇ ਤੋਂ ਦਿੱਲੀ ਗੁਰਦੁਆਰੇ ਕਮੇਟੀ ਦੀ ਤੁਸੀਂ ਗੱਲ ਕਰੀ ਹੈ ਉਹ ਬੜੇ ਖੁਸ਼ ਨੇ ਉਹ ਤਾਂ ਪਹਿਲਾਂ ਹੀ ਬੀਜੇਪੀ ਦੇ ਨੇ ਜਿਹੜੇ ਬੰਦੇ ਸ਼੍ਰੋਮਣੀ ਕਮੇਟੀ ਦੇ ਹੋ ਕੇ ਵੀ ਬੀਜੇਪੀ ਦੀ ਟਿਕਟ ਤੇ ਚੋਣ ਲੜੇ ਨੇ ਹੁਣ ਵੀ ਉਹ ਤਾਂ ਕਾਬਜ ਨਹੀਂ ਗੁਰਦੁਆਰੇ ਤੇ ਐ ਤਾਂ ਫਿਰ ਨਰਨੇਮਾਨ ਤੋੜੀ ਵੀ ਕਾਬੇ ਸੀਗੇ ਉਹ ਤਾਂ ਗੁਰਦਵਾਰਿਆਂ ਤੇ ਐਸਜੀਪੀਸੀ ਦੇ ਮਹੰਤਾਂ ਨੂੰ ਕੱਢਣ ਵਾਸਤੇ ਜੋਰ ਲਾਇਆ ਸੀ ਨਾ ਆ ਜਿਹੜੀ ਹਰਿਆਣਾ ਦੀ ਕਮੇਟੀ ਦਾ ਜਿਹੜਾ ਪ੍ਰਧਾਨ ਬਣਿਆ ਉਹ ਕੌਣ ਹੈ ਮਹੰਤ ਹੈ ਨਾ ਤੇ ਮਹੰਤਾਂ ਨੂੰ ਇਦਾਂ ਕੱਢਿਆ ਸੀ ਗੁਰਦਾਰਿਆਂ ਚੋਂ ਐਡੀਆਂ ਕੁਰਬਾਨੀਆਂ ਦਿੱਤੀਆਂ ਸੀ ਭਾਈ দাশਪਾਲ ਸਿੰਘ ਤਰਵਾਲੀ ਹੋਰਾਂ ਨੇ ਇਹ ਕੁਰਬਾਨੀਆਂ ਕਾਹਦੀਆਂ ਦਿੱਤੀਆਂ ਸੀ ਹਸਨਪੁਰ ਦਾ ਸਾਕਾ ਕੀ ਸੀ ਗੱਡੀ ਦਾ ਜੈਤੋ ਦਾ ਸਾਕਾ ਕੀ ਸੀ ਜੈਤੋ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਕੀ ਸੀ ਮਨ ਅਸੀਂ ਭੁੱਲ ਗਏ ਸੋ ਇਸ ਕਰਕੇ ਇਹ ਫਿਰ ਅਗਲੀ ਗੱਲ ਸਰਕਾਰ ਕਹਿੰਦੀ ਹੈ ਪਹਿਨਾ ਜਿਹੜਾ ਨਨਕਾਣਾ ਸਾਹਿਬ ਨੂੰ ਕਰਤਾਰਪੁਰ ਸਾਹਿਬ ਨੂੰ ਲਾਂਗਾ ਬਣਾਇਆ ਪਹਿਨਾ ਬਣਾ ਨਹੀਂ ਰਹੀ ਸੀ ਜਦੋਂ Imran Khan ਨੇ ਕਿਹਾ ਉਧਰੋਂ ਬਣਾਉਣਾ ਸ਼ੁਰੂ ਕਰਤਾ ਫਿਰ ਇਹਨਾਂ ਨੇ ਉਸ ਟ ਬਣਾਇਆ ਜਿੱਦਾਂ ਕਿਹਾ ਵੀ ਇੱਥੋਂ ਵਪਾਰ ਵੀ ਖੋਲਦਾਂਗੇ ਬਾਬੇ ਨੇ ਤਾਂ ਕਿਤੇ ਨਹੀਂ ਕਿਹਾ ਵੀ ਕੱਡੇ ਪੂਜਾ ਵਾਸਤੇ ਜਾਣਾ ਹੈ ਬਾਬੇ ਨੇ ਤਾਂ ਕਿਹਾ ਵੀ ਕਿਰਤ ਕਰਨੀ ਹੈ ਇਹਦੇ ਨਾਲ ਹੀ ਕਿਰਤਬੱਧ ਨਹੀਂ ਸੀ ਉਦੋਂ ਹੀ ਵਿਆਹ ਆ ਗਿਆ ਸੀ ਮਰੂਮ ਬਿਸ਼ਦ ਸਿੰਘ ਸਾਹਿਬ ਜੀ ਕਹਿੰਦੇ ਬਪਾਲਪੁਰ ਨਾ ਸੋਚੇ ਦੇ ਨਹੀਂ ਉਦੋਂ ਮੜ ਕੇ ਇਹੋ ਜਿਹਾਂ ਰੋਕਾਂ ਲਾਈਆਂ ਹੋਈ ਨੇ ਥੋਡੇ ਕੋਲ ਜੀ ਪਾਸਪੋਰਟ ਚਾਹੀਦਾ ਹੈ ਥੋਡੇ ਕੋਲ ਫਰਨਾਣਾ ਚਾਹੀਦਾ ਤੇ ਜਿਹੜੇ ਤਾਂ ਸੌਖੇ ਨੇ ਜਿਨਾਂ ਕੋਲ ਪਾਸਪੋਰਟ ਹੈਗਾ ਆਪਣੀਆਂ ਗੱਡੀਆਂ ਹੈਗੀਆਂ ਨੇ ਜਾਂ ਜਾਣਾ ਉਹ ਤਾਂ ਉਹਨਾਂ ਨੂੰ ਤਾਂ ਕੋਈ ਅੱਖ ਲੱਗਦਾ ਨਹੀਂ ਉਹ ਤਾਂ ਨਹੀਂ ਇਹ ਤਾਂ ਆਮ ਗੱਲ ਹੈ ਪਰ ਜਿਹੜਾ ਸਧਾਰਨ ਬੰਦਾ ਉਹ ਨਾ ਤੇ ਵਿਚਾਰਾ ਪਾਸਪੋਰਟ ਬਣਾ ਸਕੀ ਪਾਸਪੋਰਟ ਸੇ ਜਿਨਾਂ ਕੋਲ ਹੈਗੇ ਨੇ ਉਹ ਹੋਰ ਨੇ ਬਹੁਤ ਵੱਡੀ ਤੁਸੀਂ ਅੱਜ ਇਨਵੈਸਟੀਗੇਟ ਕਰ ਲੋ ਕਿੱਡੀ ਵੱਡੀ ਜਨਤਾ ਜਿਹਦੇ ਕੋਲ ਪਾਸਪੋਰਟ ਨਹੀਂ ਹੈ ਤੇ ਨਾਉ ਬਣਾ ਸਕਦੀ ਹੈ ਉਹਨੇ ਵੀ ਜਾਣਾ ਹੈ ਉਹਦਾ ਵੀ ਦਿਲ ਕਰਦਾ ਵੀ ਮੈਂ ਜਾ ਕੇ ਦਰਸ਼ਨ ਕਰਾਂ ਫੋਸ ਕਰਕੇ ਜੇ ਇੰਨੀ ਹੀ ਗੱਲ ਸੀ ਉਹ ਲੰਘਾ ਖੋਲ ਤਾਂ ਦਿੱਤੇ ਸੀ ਕਹਿੰਦੇ ਭਾਈ ਤੁਸੀਂ ਦੇਖੋ ਆਲੇ ਨਾਲ ਤਾਰ ਤਾਂ ਲੱਗੀ ਹੋਈ ਐ ਤੁਸੀਂ ਉਧਰ ਤਾਂ ਜਾ ਹੀ ਨਹੀਂ ਸਕਦੇ ਉਦੋਂ ਅੱਗੇ ਇੱਕ ਹੋਰ 라 ਦਿੰਦੇ ਭਾਵੇਂ ਵੀ ਨਾ ਟੱਪ ਸਕੋ ਤੁਸੀਂ ਇਹੀ ਇਹੀ ਡਰਿਆ ਇਹਨਾਂ ਨੂੰ ਵੀ ਜਾਓ ਜਾ ਕੇ ਰੋਜ਼ ਭਾਵੇਂ ਦਰਸ਼ਨ ਕਰਿਓ ਕੋਈ ਗੱਲ ਨਹੀਂ ਇਹ ਕਿਉਂ ਨਾ ਕਰਤਾ ਇੰਨਾ ਤਾਂ ਕਰ ਨਹੀਂ ਸਕੇ ਰੋਜ਼ ਅਸੀਂ ਕਹਿੰਦੇ ਆ ਵੀ ਸਾਨੂੰ ਖੁੱਲੇ ਦਰਸ਼ਨ ਦਿਦਾਰ ਦਾ ਫੇਰ ਕਿਸੇ ਜੱਥੇ ਨਹੀਂ ਜਾਣਾ ਹੋਵੇ ਉਹ ਜੱਥੇ ਦੇ ਉੱਤੇ ਵੀ ਆ ਨਹੀਂ ਜਾਓ ਆ ਨਹੀਂ ਹੋ ਆ ਨਹੀਂ ਹੋ ਆਹ ਹੋ ਫਲਾਣਾ ਹੋ ਸੋਪਾ ਐਨਨਾ ਸੋਕੀ ਹਾਂਜੀ ਥੱਥੋਂ ਪਤਾ ਲੱਗਦਾ ਕਿ ਆਰਐਸ ਕਿੰਨੇ ਕੁ ਤਾਕਤਵਰ ਹੈ ਮਤਲਬ ਕਿ ਕਿਵੇਂ ਉਹ ਦਖਲਅੰਦਾਜ਼ੀ ਕਰਦੇ ਨੇ ਸਿੱਧੇ ਨੰਗੇ ਚਿੱਟੇ ਰੂਪ ਦੇ ਵਿੱਚ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਅਦਵਾਈ ਦੇ ਵਿੱਚ ਇਹਨਾਂ ਨੇ ਬਣਾਇਆ ਵੀਰਬਾਲ ਦੇ ਬਸ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪਹੁੰਚਦੇ ਨੇ ਸਾਰੀ ਸ਼੍ਰੋਮਣੀ ਕਮੇਟੀ ਇਹਦਾ ਵਿਰੋਧ ਕਰਦੀ ਹੈ ਜਥੇਦਾਰ ਸਾਹਿਬ ਜਦੋਂ ਇਹ ਗੱਲ ਕਹਿੰਦੇ ਨੇ ਕਿ ਉਹ ਸਾਡੇ ਤੇ ਹਮਲਾ ਕਰ ਰਹੇ ਨੇ ਪਿੱਛੇ ਜੇ ਜ਼ਿਕਰ ਕੀਤਾ ਸੀ ਉਹਨਾਂ ਨੇ ਕਿ ਸਾਨੂੰ ਉਹਨਾਂ ਨੂੰ ਜਵਾਬ ਦੇਣਾ ਪੈਣਾ ਸਾਡੀ ਸਿੱਖੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਇਹ ਸਾਰੇ ਮਸਲੇ ਦੇ ਉੱਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਜਥੇਦਾਰ ਸਾਹਿਬ ਬਹੁਤ ਤਕੜਾ ਸਟੈਂਡ ਲੈਂਦੇ ਨੇ ਜਿਹੜੇ ਜਥੇਦਾਰ ਹੁੰਦੇ ਨੇ ਵਾਕਈ ਹੁੰਦੇ ਨੇ ਕਿ ਉਹ ਜੇ ਪੰਥ ਨੂੰ ਬਚਾਉਣਾ ਹੈ ਜਾਂ ਕੌਮ ਦੇ ਮਸਲਿਆਂ ਨੂੰ ਜਾਂ ਇਤਿਹਾਸ ਨੂੰ ਬਚਾਉਣਾ ਤਾਂ ਉਹਨਾਂ ਨੇ ਸਟੈਂਡ ਲੈਣਾ ਹੁੰਦਾ ਕਿ ਉਹ ਪੰਥ ਚੋਂ ਛੇਕਦੇ ਨੇ ਜਾਂ ਤਨਖਾਈਆ ਕਰਾਰ ਦਿੰਦੇ ਨੇ ਜਾ ਕੋਈ ਹੁਕਮਨਾਮਾ ਜਾਰੀ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਤੁਸੀਂ ਭਾਈ ਲੋਕਾਂ ਦੇ ਮਨਾਂ ਦੇ ਵਿੱਚ ਦੁਚਿੱਤੀ ਪੈਦਾ ਕਰਦੇ ਹੋ ਤੁਸੀਂ ਸਿਕ ਕੌਮ ਦੇ ਵਿੱਚ ਦੁਫਾੜ ਪੈਦਾ ਕਰ ਰਹੇ ਹੋ ਸਵਾਲ ਤਾਂ ਉੱਠਨੇ ਚਾਹੀਦੇ ਨੇ ਕਿ ਆਖਰਕਾਰ ਚੁੱਪ ਕਿਸ ਗੱਲ ਦੀ ਆ ਦੇਖੋ ਮੈਂ ਇੱਕ ਪਾਸੇ ਹੋਰ ਪਾਸੇ ਸ਼ੁਰੂ ਕਰਕੇ ਕਰਾਂਗਾ ਦਰਬਾਰ ਸਾਹਿਬ ਦੇ ਉੱਤੇ ਮਸਾ ਰੰਗੜ ਬਿਠਾਇਆ ਸੀ ਸਰਕਾਰਾਂ ਨੇ ਤੇ ਮੱਸੀ ਰੰਗੜਾ ਸਿਰ ਵੱਢ ਕੇ ਅਸੀਂ ਦਰਬਾਰ ਸਾਹਿਬ ਤੇ ਕਰਿਆ ਸੀ। ਥਰੋਵਰ ਪੂਰਤਾ ਸੀ ਅਸੀਂ ਫੇਰ ਇੱਕ ਵਾਰੀ ਤਾਂ ਨਹੀਂ ਪੂਰਾ ਗਿਆ ਕਿ ਕਿਉਂਕਿ ਚ ਤਾਕਤ ਹੈ ਦਿੱਲੀ ਲੜਾਈ ਸਾਡੀ ਦਿੱਲੀ ਨਾਲ ਸੀ। ਫੇਰ ਸਾਡੇ ਦਰਬਾਰ ਸਾਹਿਬ ਟਾਤਾ ਅਕਾਲ ਤਖਤ ਸਾਹਿਬ ਟਾਤਾ। ਤੇ ਉਸੇ ਦਿੱਲੀ ਨੇ ਦੁਬਾਰਾ ਬਣਾਤਾ ਸੋਨਾ ਵਾਲਾ ਤਾਂ ਉੱਤੇ। ਅਸੀਂ ਕਹਿੰਦਾ ਬਿਲਕੁਲ ਨਹੀਂ ਸਾਨੂੰ ਮਨਜ਼ੂਰ। ਆ ਨਾਇਆ ਵੀ ਬਾਬਾ ਸੰਤ ਸਿੰਘ ਨੂੰ ਵਿੱਚ ਪਾ ਕੇ ਨਿੰਗ ਨੂੰ। 96 ਗਰੂਣ। ਅਗਾ ਨਹੀਂ ਮਨਜ਼ੂਰ। ਅਸੀਂ ਉਹ ਕਾਲ ਤਖਤ ਮਨਜ਼ੂਰ ਨਹੀਂ ਕਰਿਆ ਬਣਾਇਆ ਹੋਇਆ ਕਿਉਂਕਿ ਦਿੱਲੀ ਨੇ ਸਾਡਾ ਟਾਇਆ ਸੀ ਜੇ ਦਿੱਲੀ ਹੁਣ ਬਣਾਉਣਾ ਚਾਹੁੰਦੀ ਹੈ ਜਿਹੜਾ ਸਾਕਾ ਸਰੰਦ ਦਿੱਲੀ ਨੇ ਵਰਤਾਇਆ ਦਿੱਲੀ ਦੇ ਹੁਕਮ ਰਾਣ ਜਿਹੜਾ ਮਰਜ਼ੀ ਹੋਵੇ ਉਹ ਏ ਹੋਵੇ ਬੀ ਹੋਵੇ ਸੀ ਹੋਵੇ ਦਾ ਇੱਕ ਧਰਮ ਹੋਵੇ ਦੂਜਾ ਧਰਮ ਹੋਵੇ ਜੋ ਕਿ ਸਿੱਖੀ ਪੇ ਇਸ ਦੇ ਵਿੱਚ ਵੀ ਸਿੱਖੀ ਤੇ ਹਮਲਾ ਕਰੇਗਾ ਤਾਂ ਵੀ ਉਹ ਮਨਜ਼ੂਰ ਨਹੀਂ ਹੋਏਗਾ ਸਿੱਖੀ ਨੂੰ ਦਿੱਲੀ ਦੇ ਦਰਬਾਰ ਜਦ ਹਮਲਾ ਕਰਦਾ ਸਿੱਖੀ ਤੇ ਤੇ ਫਿਰ ਦਿੱਲੀ ਦਰਬਾਰ ਦੀ ਬਖਸ਼ਿਸ਼ ਨਹੀਂ ਲੈਣੀ ਉਹਦਾ ਦਿੱਤਾ ਹੋਇਆ ਨਹੀਂ ਲੈਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਣਾ ਉਹਦਾ ਦਿੱਤਾ ਨਹੀਂ ਅਸੀਂ ਖਾਂਦੇ ਅਸੀਂ ਉਹਨੂੰ ਦਿੰਨੇ ਆ ਅਸੀਂ ਉਹ ਤਾਂ ਦਿੰਦੇ ਨਹੀਂ ਪੂਰਾ ਖਾਸ ਕੱਢੋ ਅਸੀਂ ਸਿਰ ਮੇ ਦਿੱਤੇ ਨੇ ਉਹਨਾਂ ਵਾਸਤੇ ਅਸੀਂ ਅੰਨ ਵੀ ਦਿੱਤਾ ਤੇ ਅਸੀਂ ਹੋਰ ਚੀਜ਼ਾਂ ਵੀ ਦਿੱਤੀਆਂ ਨੇ ਬੜੇ ਅਮਰ ਤੇ ਛੱਤੀ ਉਮਰਤੀ ਜੀ ਨੂੰ ਕਹਿੰਦੇ ਇਹ ਪ੍ਰੇਖਾ ਨਾ ਤੁਸੀਂ ਕਿੰਨਾ ਸਾਨੂੰ ਦੇ ਲਿਖੇ ਨੇ ਸਾਨੂੰ ਕੀ ਦੇ ਰਹੇ ਨੇ ਇਹ ਨਾ ਸੋਚੋ ਵੀ ਆ ਹੁਕਮ ਰਾਨਾ ਆ ਆ ਹੁਕਮ ਰਾਨਾ ਇਹ ਨਾ ਸੋਚੋ ਨਾ 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 ਇਹ ਸੋਚਾਂਗੇ ਤਾਂ ਗੜਬੜ ਹੋਊ ਜਿੱਦਲੀ ਜੀ ਸਾਡੇ ਨਾਲ ਲੜਾਈ ਹੈ ਉਹਨੇ ਯਾਤਿ ਕਰੀ ਹੁਣ ਵੀ ਸਾਡੇ ਸਾਰੇ ਹੱਕ ਵੀ ਜਾ ਰਹੀਏ ਰੋਜੀ ਪੰਜਾਬ ਦਾ ਕਿਹੜਾ ਛੱਡਿਆ ਉਹਨਾਂ ਨੇ ਇੱਕ ਤਾਂ ਬਸ ਆਈਏ ਹੁਣ ਜਥੇਦਾਰ ਸਾਹਿਬ ਦੀ ਗੱਲ ਤੁਸੀਂ ਕਰ ਦਿਓ ਜਥੇਦਾਰ ਸਾਹਿਬ ਅੱਜ ਤੇ ਬੋਲਦੇ ਨੇ ਜਿੱਦੇ ਉਹਨਾਂ ਨੇ ਜਿੱਦੇ ਮੋਹਨ ਭਗਤ ਜੀ ਨੇ ਕਿਹਾ ਸੀ ਵੀ ਹਿੰਦੂ ਚਾਰ-ਚਾਰ ਜਵਾਕ ਜੰਮਣ ਤੇ ਜੱਜੇਦਾਰ ਨੇ ਵੀ ਉਹੀ ਗੱਲ ਕਹੀ ਸੀ ਰਕਤਾਂ ਉਹੀ ਡਾਈ ਸੀ ਜਿੱਦੇ ਮੋਹਨ ਭਗਤ ਨੇ ਕਿਹਾ ਵੀ ਤੁਸੀਂ ਇਹ ਚਾਰ ਚੁੱਕ ਲੋ ਜੱਜੇਦਾਰ ਨੇ ਵੀ ਬੋਢੀ ਤਾਂ ਉਥੇ ਉਸੇ ਤਰ੍ਹਾਂ ਦੀ ਬੋਲਦੇ ਨੇ ਉਦੋਂ ਸਿੱਖੀ ਤੋਂ ਬਾਹਰ ਹੋ ਕੇ ਬੋਲਦੇ ਮੈਨੂੰ ਔਖੇ ਔਖੇ ਕਹਿਣਾ ਪੈ ਰਿਹਾ ਵੀ ਜੱਜੇਦਾਰ ਸਾਹਿਬ ਨੇ ਆਫਟਰ ਆਲੋ ਪਰ ਉਹ ਤਾਂ ਜੱਜੇਦਾਰ ਕੱਲਿਆਂ ਦੇ ਨੇ ਉਹ ਸਿੱਖਾਂ ਦੇ ਤਾਂ ਜੱਜੇਦਾਰ ਹੈ ਹੀ ਨਹੀਂ ਜੇ ਸਿੱਖਾਂ ਦੇ ਜੱਜੇਦਾਰ ਹੁੰਦੇ ਤਾਂ ਅਕਾਲੀਆਂ ਦੇ ਹਰਨ ਤੇ ਉਹ ਇਹ ਕਿਉਂ ਕਹਿੰਦੇ ਵੀ ਇਹਨਾਂ ਨੂੰ ਵੋਟ ਕਿਉਂ ਨਹੀਂ ਪਈ ਸਿੱਖ ਕੱਲੇ ਅਕਾਲੀ ਦਲ ਚ ਤਾਂ ਨਹੀਂ ਆ ਹੈਗੇ ਅਕਾਦ ਲੱਗਦਾ ਸਾਰੇ ਸਿੱਖ ਹੁੰਦੇ ਨਾ ਸੋ ਇਹ ਇਸ ਕਰਕੇ ਜਥੇਦਾਰ ਸਾਹਿਬ ਦੀ ਆਪਾਂ ਗੱਲ ਨਾ ਕਰੀਏ ਉਹ ਠੀਕ ਹੈ ਉਹਨਾਂ ਨੂੰ ਹੁਣ ਐਂ ਸੂਟ ਕਰਦਾ ਐ ਕਹਿੰਦੇ ਨੇ ਕਿਉਂਕਿ ਜਿਹੜੀ ਹਰਿਆਣਾ ਦੀ ਕਮੇਟੀ ਬਣਾਤੀ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਕੰਮ ਖਰਾਬ ਹੋ ਰਿਹਾ ਰੌੜਾ ਤਾਂ ਉਹਨਾਂ ਦੀ ਸਤੰਤਤਾ ਹੈ ਜਥੇਦਾਰ ਸਾਹਿਬ ਦਾ ਤਾਂ ਰੌੜਾ ਜਿਹੜਾ ਹੈ ਸ਼੍ਰੋਮਣੀ ਕਮੇਟੀ ਦੇ ਕਿਉਂਕਿ ਉਹ ਪੰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੰਟੀ ਨੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਗੁਰਦੁਆਰੇ ਚਾਹੀਦੇ ਨੇ ਹਰਿਆਣੇ ਦੇ ਗੱਲ ਤਾਂ ਆਹ ਹੈ ਸਾਰੀ ਜੇ ਸੱਚੀ ਮੁੱਚੀ ਸਿੱਖੀ ਦੀ ਉਹ ਤਾਂ ਗੱਲ ਹੁੰਦੀ ਜਸੇਵਰ ਸਾਹਿਬ ਨੇ ਸ਼ੁਰੂ-ਸ਼ੁਰੂ ਵਿੱਚ ਕੀਤੀ ਸੀ ਪਰ ਫਿਰ ਬਦਲ ਗਈ ਜਦ ਬਣੇ ਸੀ ਨਾ ਐਕਟਿੰਗ ਜਸੇਵਰ ਇਹ ਉਹਨੂੰ ਕਰੀ ਸੀ ਸਿਆਣੇ ਨੇ ਪੜ੍ਹੇ ਲਿਖੇ ਨੇ ਪਰ ਉਹ ਦੂ ਮੜਕੇ ਤੇ ਹੋਈਆਂ ਗੱਲਾਂ ਕਰੀਆਂ ਨਹੀਂ ਜਿੱਥੋਂ ਲੱਗਦਾ ਹੀ ਨਹੀਂ ਵੀ ਕੋਈ ਜੱਥੇਦਾਰ ਤੁਸੀਂ ਠੀਕ ਹੈ ਇਹ ਕੋਈ ਕਾਲੀ ਫੁੱਡਾ ਸਿੰਘ ਥੋੜੋ ਨੇ ਵੀ ਮਹਾਰਾਜ ਨੂੰ ਬੁਲਾ ਲਿੰਦੇ ਆ ਜਾ ਕੋੜੇ ਮਰਵਾ ਲੈਣਗੇ ਜਸੇਵਰ ਬਹੁਤ ਤਕਰੇ ਤਕਰੇ ਹੋਏ ਨੇ ਕਰਤਾਰ ਸਿੰਘ ਚੰਦ ਭਰ ਫੇ ਪਤਾ ਲੱਗੂ ਹਾਂ ਜਸੇਵਰ ਐ ਹੁੰਦੇ ਨੇ ਯਾਰ ਸੋ ਇਹ ਇਹਨਾਂ ਦਾ ਤਾਂ ਉਹ ਹੈਗਾ ਵੀ ਜਿਵੇਂ ਤਨਖਾਹ ਹੋ ਗਈ ਆ ਹੋ ਗਿਆ ਹੋ ਗਿਆ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਮਾਨਯੋਗ ਨੇ ਸਤਕਾਰਯੋਗ ਨੇ ਕਿਉਂਕਿ ਜਥੇਦਾਰ ਨੇ ਤਾਂ ਜਥੇਦਾਰ ਨੇ ਉਹਨਾਂ ਦੀ ਗੱਲ ਆਪਾਂ ਸੁਣਨੀ ਵੀ ਹੈ ਪਰ ਜੇ ਆਪਾਂ ਕੀ ਵੀ ਉਹ ਸਿੱਖ ਕੌਮ ਨੂੰ ਉਸ ਤਰੀਕੇ ਦੀ ਜਿਹੜੀ ਤੁਸੀਂ ਉਮੀਦ ਕਰਦੇ ਹੋ ਤੁਸੀਂ ਨਹੀਂ ਉਮੀਦ ਕਰਦੇ ਸਿੱਖ ਕੌਮ ਉਮੀਦ ਕਰਦੀ ਹੈ ਉਹ ਭਾਈ ਮੈਨੂੰ ਲੱਗਦਾ ਕਿਤੇ ਹੈ ਨਹੀਂ ਸਾਹਮਣੇ ਉਹ ਤਾਂ ਕਹਿਣ ਨੂੰ ਕੀ ਹੈ ਆਪਾਂ ਜਿਹੜੀ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਇਹ ਤਾਂ ਪ੍ਰਤੱਖ ਹੀ ਦਿਖਦਾ ਹੈ ਉਹ ਇਹ ਉਹ ਵੀ ਸੀਗੇ ਜਿਨ੍ਹਾਂ ਨੇ ਕਹਿਤਾ ਸੀ ਕੋਠਾ ਸਾਹਿਬ ਠੀਕ ਐ ਸਰਕਾਰ ਤੋਂ ਡਰ ਕੇ ਹੁਣ ਬੜੇ ਵਿਦਵਾਨ ਸੀ ਉਹ ਐਸੀ ਗੱਲ ਨਹੀਂ ਐ ਗਿਆਨੀ ਕਰਪਾਲ ਸਿੰਘ ਸਿਆਣੀ ਬੜੇ ਸੀ ਪਰ ਸਿਆਣਪ ਡਰਪੋਕ ਵੀ ਬਣਾ ਦਿੰਦੀ ਐ ਸਿੱਖੀ ਕਹੇ ਜਾਂ ਮੁਜਸਮਾ ਜਿਹੜਾ ਬਹਾਦਰ ਵੀ ਬਣਾਉਂਦਾ ਤੇ ਗਿਆਨਵਾਨ ਵੀ ਬਣਾਉਂਦਾ ਚੱਗੀ ਵੀ ਬਣਾਉਂਦਾ ਅਣਖੀ ਵੀ ਬਣਾਉਂਦਾ ਇਹੀ ਤਾਂ ਫਰਕ ਐ ਗਿਆਨ ਤਾਂ ਬਹੁਤ ਕੋਲ ਹੋ ਸਕਦਾ ਤਾਂ ਹੀ ਤਾਂ ਖੇ ਜਗ ਗਿਆਨੀ ਵਿਰਲਾਚਾਰੀ ਗਿਆਨਵਾਨ ਬਹੁਤ ਸੀਗੇ ਆਚਾਰ ਬਣਾ ਲਏ ਵੀ ਚਲੋ ਜੀ ਹੁਣ ਸਰਕਾਰ ਦਿੱਲੀ ਦੀ ਕਹਿੰਦੀ ਆਪਾਂ ਆਪਾਂ ਤੋਂ ਬਿਆਨ ਦਵਾਉਣਾ ਚਾਹੁੰਦੀ ਹੈ ਆਪਾਂ ਸੰਗਤਾਂ ਨੂੰ ਚਾਹੇ ਜਿਵੇਂ ਮਰਜੀ ਕਿਹਾ ਵੀ ਸ਼ਾਂਤ ਕਰ ਦਿਓ ਜੀ ਫਰਾਨਾ ਕਰ ਦਿਓ ਮੈਂ ਕਹਿੰਦਾ ਤੁਸੀਂ ਹਾਰ ਕੇ ਬਹਿ ਜਾ ਤਾਂ ਬਹਿ ਜਾ ਤੁਹਾਡੇ ਘਰ ਨੂੰ ਕੋਈ ਆ ਕੇ ਢਾ ਦੇ ਤੁਹਾਡੇ ਇਸ ਨੂੰ ਢਾ ਦੇ ਤੇ ਤੁਸੀਂ ਕਹੋ ਵੀ ਮੈਂ ਇਹਨਾਂ ਨੂੰ ਸ਼ਾਂਤ ਕਰਨ ਵਾਸਤੇ ਢਾਉਣ ਵਾਲੇ ਤੇ ਕਹਿ ਚੋ ਮੈਂ ਕਹਿੰਦਾ ਆਪਣੇ ਆਪ ਬਿਆਨ ਦੇ ਦਿਓ ਮੈਨੂੰ ਫਿਰ ਵੀ ਸ਼ਾਇਦ ਕੋਈ ਪ੍ਰੋਬਲਮ ਨਾ ਹੁੰਦੀ ਟਾਣ ਵਾਲੇ ਦੇ ਕਹੇ ਤੋਂ ਤੁਸੀਂ ਵਿਦਿਆਨ ਦਿੰਦੇ ਹੋ ਕਿ ਤੁਸੀਂ ਕਹੋ ਭਾਈ ਮੈਂ ਇਹ ਬਿਆਨ ਨਹੀਂ ਦੇਣਾ ਤੁਸੀਂ ਟਾਇਆ ਮੈਂ ਤਾਂ ਜੇ ਮੇਰੇ ਤੋਂ ਬਿਆਨ ਦਵਾਇਆ ਪੁੱਠਾ ਪਊਗਾ ਤੁਹਾਨੂੰ ਮੈਂ ਤਾਂ ਕਹੂੰ ਤੁਸੀਂ ਟਾਇਆ ਤੁਸੀਂ ਗੋਲੀ ਮਾਰਨੀਆ ਮਾਰ ਦਿਓ ਜਿੱਥੇ ਇੰਨੇ ਸਿੰਘ ਸ਼ਹੀਦ ਕਰਤੇ ਹੋਰ ਕਰ ਦੋਗੇ ਮੈਨੂੰ ਕਰ ਦੋਗੇ ਨਾਲ ਉਹਨਾਂ ਰਹਿ ਕੇ ਵੀ ਕੀ ਕਰਨਾ ਸੀ ਬਸ ਇਹ ਦੇਖਿਆ ਜਾਵੇ ਹੂੰ ਜਿਸ ਮਾਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਐ ਪੂਰਨ ਪਰਮਾਨੰਦ ਇਹ ਹੈ ਗੁਰਮਾਰੀ ਦਾ ਸੰਦੇਸ਼ ਉਹ ਡਰ ਕੇ ਫਿਰ ਜਾਗਾਲੇ ਹੋਗੇ ਨਾ ਸੇਸ ਕਰਕੇ ਜੇ ਰਾਜ ਦੇ ਤਾਂ ਤੇਰੀ ਵੜਾਈ ਜੇ ਭੀਖ ਮੰਗਾਏ ਤਾਂ ਕਿ ਆ ਘਟ ਜਾਈ ਹੁਣ ਜੇ ਆਪਾਂ ਤਖਤ ਦੇ ਉੱਤੇ ਬੈਠੇ ਰਹਿਣਾ ਚਾਹਣਾ ਤੀਖ ਮੰਗਣ ਜੀ ਆਨੀ ਇਹ ਜਿਹੜਾ ਸ੍ਰੀ ਕਾਬ ਤਖਤ ਸਾਹਿਬ ਹੈ ਉਹ ਇਸ ਕਰਦੇ ਵਾਸਤੇ ਹੈ ਕਿ ਇੱਥੇ ਜਿਹੜਾ ਬੰਦਾ ਬੈਠਾ ਹੈ ਉਹਨੇ ਗੁਰਬਾਣੀ 'ਚ ਧਿਆਨ ਰੱਖਣਾ ਹੈ ਗੁਰਬਾਣੀ ਤੋਂ ਪ੍ਰੇਰਣਾ ਲੈਣੀ ਹੈ ਉਹਦੇ ਭਾਵੇਂ ਬਿਠਾਤਾ ਉਹਦੇ ਭਾਵੇਂ ਨਾ ਬਿਠਾਤਾ ਉਹਦੇ ਵਾਸਤੇ ਇੱਕੋ ਹੀ ਹੈ। ਹਾਂਜੀ। ਦੱਸੋ ਮੈਂ ਅਖੀਰ ਦੇ ਵਿੱਚ ਆਖਰੀ ਸਵਾਲ ਕਰਾਂਗਾ ਤੁਮ ਆਪਣੇ ਕੋਲ ਸੀਮਤ ਹੈ। ਇੱਕ ਵਾਰ ਜ਼ਿਕਰ ਕੀਤਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਗਏ ਨੇ। ਮਤਲਬ ਕਿ ਆਦਮੀ ਪਾਰਟੀ ਦੀ ਜਿਹੜੀ ਆਪਣੀ ਇੱਕ ਆਈਡੀਓਲੋਜੀ ਆ ਉਹਦੇ ਮੁਤਾਬਕ ਜਿਵੇਂ ਕਹਿੰਦੇ ਕਿ ਅਸੀਂ ਤਾਂ ਸੈਕੂਲਰ ਰਹਨੇ ਆ ਅਸੀਂ ਕਿਸੇ ਧਰਮ ਦਾ ਖਲੰਦਾਜ਼ੀ ਨਹੀਂ ਕਰਦੇ ਕੱਲ ਨੂੰ ਜੇ ਮੰਨ ਲੀਏ ਇਹ ਕੇਂਦਰੀ ਸੱਤਾ ਵਿੱਚ ਹੁੰਦੇ ਨੇ ਕਿ ਇਹ ਵੀ ਬਾਲ ਵੀਰ ਬਾਲ ਦਿਵਸ ਮਨਾਉਣਗੇ ਜਾਂ ਇਹ ਉਹਨੂੰ ਕਿਸ ਤਰੀਕੇ ਨਾਲ ਲੈਣਗੇ ਪਹਿਲਾ ਦੂਜਾ ਨਾਲ ਉਹਨਾਂ ਨੇ ਕਿ ਜਦੋਂ ਵੀ ਮੈਂ ਤੁਹਾਡੇ ਨਾਲ ਕੋਈ ਵੀ ਚਰਚਾ ਕਰਦਾ ਜਿਵੇਂ ਆਪਾਂ ਇਹ ਧਰਮ ਦੇ ਮੁਤਾਬਕ ਕਰਦੇ ਆ ਆਪਾਂ ਕਹਿੰਦੇ ਕਿ ਸਿੱਖੀ ਕੀ ਆ ਤੇ ਮੈਂ ਫੋਨ ਪੁੱਛਦਾ ਕਿ ਹੁਣ ਆਪਾਂ ਸਿੱਖਾਂ ਨੂੰ ਦੱਸਿਓ ਕਿ ਇਹਦਾ ਹੱਲ ਕੀ ਆ ਜਰਣਾ ਚਾਹੁੰਦੇ ਹੋ ਪੰਜਾਬੀ ਜਰਣਾ ਚਾਹੁੰਦੇ ਹੋ ਕਿ ਸਾਰੇ ਵਰਤਾਰਾ ਵਾਪਰਦਾ ਆ ਸਿੱਖੀ ਤੇ ਅਮਲਾ ਆਰਐਸਐਸ ਭਾਰੂ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਤਾਂ ਇਹ ਹੱਲ ਕੀ ਆ ਦੂਜੀ ਆਵਾਜ਼ ਇਹ ਹੁੰਦੀ ਆ ਇਹਦੇ ਵਿੱਚ ਕਿ ਜਵਾਬਾਨ ਲੱਗਿਓ ਤਵੈ ਰੋਸ ਜਾਗਿਓ ਤੁਸੀਂ ਕਹਿੰਦੇ ਹੋ ਕਿ ਸ਼ਾਂਤਮਈ ਰਹਿਣਾ ਚਾਹੀਦਾ ਆ ਨਾਲ ਉਹ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਕੋਊ ਕਿਸੇ ਕੋ ਰਾਜ ਨ ਦੇਹਂ ਜੋ ਲੈ ਹੈ ਨਿਜ ਬਲ ਸੇ ਲੈ ਹੈ ਬੜੀਆਂ ਉੱਝ ਉਦਾਹਰਨਾਂ ਨੇ ਜਿਹੜੀਆਂ ਦੇ ਕੇ ਵੀਰ ਰਸ ਕਹਿੰਦੇ ਭਰਿਆ ਜਾਂਦਾ ਆ ਇਸ ਅਸੀਂ ਜੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਕਰਨੀ ਹੈ ਫਿਰ ਸਾਨੂੰ ਜੰਗ ਦੇ ਮੈਦਾਨ ਚ ਕੁਦਣਾ ਪੈਣਾ ਤੇ ਜੰਗ ਦੇ ਮੈਦਾਨ ਦੇ ਵਿੱਚ ਕੁਦਣ ਦੇ ਲਈ ਸੀਸ ਦੇਣੇ ਵੀ ਪੈਣੇ ਨੇ ਸੀਸ ਲੈਣੇ ਵੀ ਪੈਣੇ ਨੇ ਠੀਕ ਹੈ ਤੁਹਾਡੇ ਸਵਾਲ ਜਿਆਦਾਤਰ ਤੇ ਐਂ ਲੱਗਦੇ ਨੇ ਹਮ ਪਰ ਇਹ ਸਿੱਖੀ ਦੇ ਸਰੀਰਕ ਵਿਰਧ ਨਹੀਂ ਰਫਲੀ ਇਸ ਦੇਣੇ ਕਾਦਨੇ ਸੀਸ ਲੈਣੇ ਕਾਦਨੇ ਇਹ ਇਹ ਵੀ ਸਮਾਨ ਨਿਰਧਾਰਤ ਕਰਦਾ ਹੈ ਇਹ ਨਹੀਂ ਅਭੀ ਸਿੱਖੀ ਨੇ ਲੜਾਈਆਂ ਜਿੱਤੀਆਂ ਨਹੀਂ ਮੈਂ ਪਹਿਲਾਂ ਹੀ ਗੁਰਦੁਆਰਾ ਸੁਧਾਰ ਦਾ ਹੱਦਿਕਲ ਕਰੀਆ ਗੁਰਦੁਆਰਿਆਂ ਤੋਂ ਚਾਬੀਆਂ ਦਾ ਮੋਰਚਾ ਸੀਸਤਾ ਦਿੱਤੇ ਸੀ ਪਰ ਉਹ ਜਦ 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 ਬਾਣ ਬਾਣ ਦਾ ਮਤਲਬ ਸਿੱਧਾ ਬਾਣ ਹੀ ਨਹੀਂ ਹੁੰਦਾ ਆ ਬੀਰਬਾਲ ਦੇ ਵਿੱਚ ਕਹਿੰਦਾ ਵੀ ਤਾਂ ਬਾਣ ਹੈ ਤੇ ਰੋਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਦਾ ਸਿਰ ਲਾ ਦੇਣਾ ਸੋਧਾ ਲਾ ਦੇਣਾ ਗੁਰਵਾਨੀ ਦੇ ਸਿੱਖੀਤਾ ਰੋਸ ਕਰਦੀ ਆਈ ਐ ਸਿੱਖੀ ਨੇ ਤਾਂ ਰੋਸ ਜਿੰਨੇ ਰੋਸ ਸਿੱਖੀ ਨੇ ਕਰੇ ਨੇ ਉਹਨਾਂ ਚੋਂ ਸ਼ਾਇਦ ਕਿਸੇ ਹੋਰ ਨੇ ਕਰੀ ਨਾ ਹੋਣਾ ਮੈਨੂੰ ਕਹੀ ਜਾਣਾ ਵੀ ਗੱਡੀ ਦੇ ਸਾਹਮਣੇ ਨੌਜਵਾਨ ਪੈ ਜਾਂਦੇ ਨੇ ਉਹ ਨੌਜਵਾਨ ਨੇ 23 ਸਾਲ ਦਾ ਇੱਕ ਦੂਜਾ 32 ਸਾਲ ਦਾ ਤਾਂ ਜਾਦੇ ਆ ਹੋਇਆ ਪਿਆ ਹੁਣ ਆਪਣੀ ਘਰ ਵਾਲੀ ਨੂੰ ਕਹਿੰਦਾ ਸੰਤੂ ਮੂਏ ਪਿਆ ਰੋਈ ਈ ਜੋ ਆਪਣੇ ਗ੍ਰਹਿ ਜਾਏ ਰੋ ਉਹ ਸਖਤ ਵਾਪਰੇ ਆਪਣੇ ਜੋ ਹੱਥੇ ਹੱਥ ਬਕਾਈ ਸੋ ਇਸ ਕਰਕੇ ਨਿਕਤੇ ਮਨ ਕੇ ਚੱਲੀਏ ਵੀ ਇਹ ਜਿਹੜਾ ਹੈਗਾ ਕਿ ਆ ਜੀ ਆ ਜੀ ਸਾਡੇ ਨਾਲ ਜਾਤੀ ਜਾਤੀ ਜਾਤੀਆਂ ਦਾ ਇੱਕ ਤਰੀਕਾ ਉਹਨੂੰ ਹੱਦ ਕਰਨ ਦਾ ਤਰੀਕਾ ਉਸ ਕੌਮ ਦਾ ਆਇਆ ਨਹੀਂ ਅਭੀ ਅੱਜ ਦੀ ਸਟੇਟ ਤੁਹਾਨੂੰ ਹਮੇਸ਼ਾ ਸਾਰਾ ਕੁਝ ਦਿਖਣਾ ਰਹੇਗਾ ਅੱਜ ਦੀ ਸਟੇਟ ਅੱਜ ਦਾ ਸਾਡਾ ਇੰਟਰਨੈਸ਼ਨਲ ਸਟੇਟਸ ਅੱਜ ਕੋਸ਼ਿਸ਼ ਕਿੱਥੇ ਹੈ ਕਿਸਾਨ ਅੰਦੋਲਨ ਦੌਰਾਨ ਰੋਹਿੰਗੀਆਂ ਦੇ ਉੱਤੇ ਹੋਏ ਜ਼ੁਲਮ ਦੇ ਦੌਰਾਨ ਸ਼ਹੀਨ ਬਾਗ ਚ ਹੋਏ ਜ਼ੁਲਮ ਦੇ ਦੌਰਾਨ ਆਫ਼ਤਾਂ ਦੇ ਵਿੱਚ ਗਏ ਲੋਕਾਂ ਦੇ ਆਫ਼ਤਾਂ ਦਾ ਕਹਿਰ ਚੱਲਦਿਆਂ ਦੇ ਦੌਰਾਨ ਜੋ ਸਿੱਖੀ ਨੇ ਸੇਵਾ કરી ਜੋ ਸਿੱਖੀ ਨੇ ਇਨਸਾਨੀਅਤ ਰੂਹਾਨੀਅਤ ਤੇ ਖਾਸ ਰ ਸਦਕੀ ਦੀ ਸਿਰ ਦਿਖਾਇਆ ਉਹਨੇ ਦੁਨੀਆ ਚ ਸਿੱਖੀ ਦੀ ਪੱਗ ਉੱਚੀ ਕਰਤੀ ਆਪ ਜੇ ਇਥੋਂ ਦੇ ਬ੍ਰਾਹਮਣਵਾਦ ਨੂੰ ਇਹ ਮਨਜ਼ੂਰ ਨਹੀਂ ਉਹ ਕਹਿੰਦੇ ਇਹਨਾਂ ਦੀ ਪੱਗ ਉੱਚੀ ਕਿਵੇਂ ਰਹੀ ਉਹਦੇ ਵਾਸਤੇ ਆਪ ਕਰਨਗੇ ਤਾਂ ਇਹਨਾਂ ਤੇ ਦੋਸ਼ ਲੱਗੇਗਾ ਇਹ ਇਸਾਈਆਂ ਦਾ ਇਸਾਈਆਂ ਦਾ ਸਿੱਖਾਂ ਨਾਲ ਕਦੇ ਰੌਲਾ ਨਹੀਂ ਉਸ ਤਰੀਕੇ ਦਾ ਇਹਨਾਂ ਦਾ ਰੌਲਾ ਇਹਨਾਂ ਨੇ ਸਾਨੂੰ ਵੀ ਨੁਕਤ ਕਰਿਆ ਸੀ ਇਹ ਰੋਜ਼ ਕਹਿੰਦੇ ਵੀ ਇਸਾਈ ਬੰਦੇ ਨੇ ਮੈਂ ਆਪ 20 30 ਸਾਲ ਪਹਿਲਾਂ ਮੈਨੂੰ ਕਹਿੰਦੇ ਉਹ ਜੀ ਫਲਾਣੇ ਇਸਾਈ ਐ ਕਰਦੇ ਨੇ ਫਲਾਣੇ ਅੰਗਰੇਜ਼ਾਂ ਦੇ ਸਕੂਲ ਐ ਕਰਦੇ ਨੇ ਆ ਕੈਥੋਲਿਕਾ ਲੈ ਐ ਕਰਦੇ ਨੇ ਇਹਨਾਂ ਦਾ ਝਗੜਾ ਉਹ ਸਿੱਖੀ ਦੀ ਗੱਲ ਪਤਾ ਇਹ ਚਾਰਦੀ ਸਮਝ ਨਹੀਂ ਹੁੰਦੀ ਐ ਕਿ ਸਾਡਾ ਜਿਹੜਾ ਮਰੋਢੀ ਕਰਨਾ ਕੀ ਚਾਹੁੰਦਾ ਸੋ ਇਸ ਕਰਕੇ ਆਪਾਂ ਪਰੀਖਾ ਛੱਡਦੀ ਐ ਵੀ ਆਪਾਂ ਕੋ ਜੋ ਅਸੀਂ ਤਲਵਾਰਾਂ ਦਿਖਾ ਰਹਾਂ ਹਾਂ ਨੇ ਇਹ ਅਸੀਂ ਫਲਾਣਾ ਕਰਦਾਂਗੇ ਜੀ ਤੁਸੀਂ ਜਿੰਨਾ ਮਰਜੀ ਅੱਜ ਜਿਹੜੀ ਹੋਏਗੀ ਉਹ ਸਰਕਾਰ ਨੂੰ ਥੱਲੇ ਤੁਸੀਂ ਤਲਵਾਰਾਂ ਨਾਲ ਤੁਸੀਂ ਕਿਸੇ ਦੇ ਸੌਦੇ ਲਾ ਕੇ ਤੁਸੀਂ ਕਿਸੇ ਨੂੰ ਬੋਲਣਾ ਬੰਦ ਕਰਕੇ ਔਰ ਸਿੱਖੀ ਤਾਂ ਬਿਲਕੁਲ ਸਿੱਖੀ ਤਾਂ ਬੋਲਣਾ ਬੰਦ ਕਰਦੀ ਹੀ ਨਹੀਂ ਸਿੱਖੀ ਤਾਂ ਕਿਸੇ ਨੂੰ ਸੌਦਾ ਇਸ ਤਿੱਕੇ ਨਾਲ ਲਾਉਂਦੀ ਹੀ ਨਹੀਂ ਵੀ ਅਸੀਂ ਇਹਨੂੰ ਸੌਦਾ ਲਾਤਾ ਜੀ ਕਿੰਨਾਂ ਕੱਦ ਰ ਸਿੱਖੀ ਨੇ ਕਦੇ ਇਸ ਤਰ੍ਹਾਂ ਦੀ ਕੰਮ ਨਹੀਂ ਕਰੇ ਜਿਹੜੇ ਤੁਸੀਂ ਕੋਈ ਪੂਰਾ ਚਾਂਸ ਪਾ ਲਓ ਪਰ ਜਿੱਥੇ ਕਿਤੇ ਕੋਈ ਕਿਸੇ ਨੇ ਇਹ ਜੀ ਗਲਤੀ ਕਰੀ ਹੈ ਉੱਥੇ ਮਾਰ ਖਾਦੀ ਹੈ ਇੱਕ ਗੱਲ ਦੂਜੀ ਗੱਲ ਇਹ ਹੈ ਆਪਾਂ ਕਹਿੰਦੇ ਹਾਂ ਵੀ ਇਹ ਤਲਵਾਰਾਂ ਚੱਕ ਲਓ ਫਲਾਣਾ ਕਰ ਲਓ ਠੀਕ ਹੈ ਮੰਨ ਜੇ ਤਲਵਾਰਾਂ ਚੱਕ ਲਿਆ ਤਲਵਾਰਾਂ ਨਾਲ ਲੜਾਈ ਹੋਊਗੀ ਹੁਣ ਤੁਸੀਂ ਦੱਸੋ ਵੀ ਜਿਹੜੇ ਵੀ ਜਿਹੜੇ ਵੀ ਜਵਾਨ ਕਹਿੰਦੇ ਨੇ ਅਸੀਂ ਇਹ ਇਤਕਲਿਸਤਾਨ ਦੇ ਲੈਣਾ ਜਾਂ ਕੁਝ ਵੀ ਕਰ ਲੈਣਾ ਵੀ ਜ਼ੁਲਮ ਖਤਮ ਕਰਨਾ ਸੀ ਮੰਨ ਲਿਆ ਠੀਕ ਹੈ ਉਹ ਪਾਕਿਸਤਾਨ ਨਾਲੋਂ ਜ਼ਿਆਦਾ ਤਕੜੇ ਹੈਗੇ ਨੇ ਗਿਣਤੀ ਦੇ ਤੌਰ ਤੇ ਵੀ ਪੈਸੇ ਦੇ ਤੌਰ ਤੇ ਵੀ ਅਚਾਰਾਂ ਦੇ ਤੌਰ ਤੇ ਵੀ ਤੇ ਬਾਕਸ ਨੂੰ ਤਾਂ ਪਰਤ ਨੂੰ ਕਦੇ ਹਰਾ ਨਹੀਂ ਸਕੇ ਚਾਰ ਮਾਰੀ ਲੰਡੇ ਟੱਕਰ ਤਾਂ ਥੋੜੀ ਭਰ ਸਰਕਾਰ ਨਾਲ ਹੈ ਨਾ ਦੂਜੇ ਪਾਸੇ ਐਸ ਐ ਸਿੱਖੀ ਨੇ ਜਦੋਂ ਉਹ ਸੀਧਨ ਮੋਰਚੇ ਦੇ ਵਿੱਚ ਜਾ ਕੇ ਡਟ ਕੇ ਖੜੇ ਰਹੇ ਝੰਡੇ ਬੁੰਗੇ ਸਭ ਰੋਜ਼ ਅਰਦਾਸ ਹੋ ਰਹੀ ਹੈ ਲੰਗਰ ਚੱਲ ਰਹੇ ਨੇ ਮੈਡੀਕਲ ਕੈਂਪ ਚੱਲ ਰਹੇ ਨੇ ਐਸ ਐ ਸਿੱਖੀ ਨੇ ਉਸੇ ਹਕਮਰਾਨ ਨੂੰ ਚੁਕਾਤਾ। ਤੋ ਇਸ ਕਰਕੇ ਸਾਡਾ ਜਿਹੜਾ ਉਦੇਸ਼ ਹੈ ਉਹ ਸਿੱਖੀ ਅਸੂਲਾਂ ਤੇ ਰਹਿੰਦੇ ਹੋਏ ਦੁਸ਼ਮਨ ਨਾਲ ਲੜਨਾ ਤੇ ਜਿੱਤ ਪ੍ਰਾਪਤ ਕਰਨਾ। ਜ਼ੁਲਮ ਖਤਮ ਕਰਨਾ ਸਭ ਤੋਂ ਜਿੱਤ ਕੀ ਸਾਡੀ ਜਿੱਤ ਕਾਦੀ ਹੈ ਕਹਿੰਦੇ ਸਹਿ ਮਾਸਖਾਨਾ ਕਹਿੰਦਾ ਮੇਰੇ ਕੋਈ ਛੱਡ ਦੇ ਸੋ ਇੱਕ ਤਾਂ ਸਾਨੂੰ ਇਹ ਹੈ ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਸਿੱਖੀ ਸੰਸਥਾਵਾਂ ਨੂੰ ਤਕੜਾ ਕਰੀਏ ਸਿੱਖੀ ਦੀ ਜਿਹੜੀ ਜਿੰਨਾ ਜਿੱਦਣ ਸਾਡੀ ਜਿਹੜਾ ਸਾਡੀ ਸਿੱਖੀ ਦੇ ਵਿੱਚ ਗੁਰਬਾਣੀ ਜਿਹੜਾ ਵੀ ਗੁਰਬਾਣੀ ਦੀ ਟੇਕ ਤੋਂ ਇਹਦੇ ਉਧਰ ਦੀ ਗੱਲ ਕਰਦਾ ਹੈ ਗੁਰਬਾਣੀ ਦੀ ਟੇਕ ਗੁਰਬਾਣੀ ਕਿਤੇ ਕਿਸੇ ਨੂੰ ਕਮਜ਼ੋਰ ਨਹੀਂ ਬਣਾਉਂਦੀ ਗੁਰਮਾਨੀ ਬਹਾਦਰ ਬਣਾਉਂਦੀ ਹੈ ਅਣਖੀਲਾ ਬਣਾਉਂਦੀ ਹੈ ਇਸੇ ਕਰਕੇ ਤੇ ਗੁਰਵਾਨੀ ਚ ਲਿਖਿਆ ਜੇ ਜੀਵੇ ਪਤ ਨੱਤੀ ਜਾਂ ਸਭ ਹਰਾਮ ਜੀਤਾਂ ਕਚਖਾਈ ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਦੁਜੇ ਦੀ ਪਾਗਲ ਹੋਣਾ ਉਹ ਕਹਿੰਦਾ ਕੋਈ ਨਹੀਂ ਤੁਸੀਂ ਲਾ ਲਓ ਜੋਰ ਜਿਹੜਾ ਲਾਣਾ ਭਾਈ ਤਾਰੂ ਸਿੰਘ ਨੇ ਤਾਂ ਸੀ ਸਾਹੀ ਦਿੱਤਾ ਨਾ ਖੋਪੜੀ ਤਾਂ ਹੀ ਲਹੀ ਨਾ ਤੇ ਆਰੇ ਨਾਲ ਕਿਵੇਂ ਚਿਲੇ ਗਈ ਸੀ ਕਿਉਂ ਚਿਲੇ ਗਈ ਸੀ ਚਰਖਣੀਆਂ ਤੇ ਕਿਉਂ ਚੜੇ ਸੀ ਆਪਾਂ ਰੋਜ਼ ਅਰਦਾਸ ਕਰਨੇ ਆ ਨਾ ਸੋ ਐ ਨਹੀਂ ਐ ਬਈ ਸਿੱਖੀ ਜਿਹੜੀ ਹੈ ਉਹ ਇਸ ਗੱਲ ਦੇ ਵਿੱਚ ਹੈ ਕਿ ਤੁਸੀਂ ਇੱਕ ਨਿਆਪ ਸੰਧਰਾਜ ਸਥਾਪਿਤ ਕਰਨਾ ਹੈ ਉਹ ਸਥਾਪਿਤ ਕਰਨ ਵਾਸਤੇ ਕਦੇ ਤੁਹਾਨੂੰ ਤਲਵਾਰ ਵੀ ਠਾਣੀ ਪੈਗੀ ਗੁਰੂ ਸਾਹਿਬ ਨੇ ਆਖਿਆ ਵੀ ਜਦ ਸਾਡੇ ਸਾਰੇ ਹੀਦੇ ਬਹਾਨੇ ਖਤਮ ਹੋ ਜਾਣ ਦਲੀਲਾਂ ਖਤਮ ਹੋ ਜਾਣ ਫਿਰ ਅਚਾਰ ਚੁੱਕਨੇ ਪੰਦੇ ਕਹਿ ਕਿ ਨੀ ਕਿਉਂ ਕਰਦਾ ਫਿਰ ਇਹ ਦਲੀਲਾਂ ਬਹਾਨੇ ਲਾ ਰਹੇ ਆਪਾਂ ਆਪਾਂ ਤਾਂ ਉਹਨਾਂ ਦੀ ਇਹ ਬਹੀ ਨੂੰ ਮੰਨੀ ਜਾਂਦੇ ਆ ਆਸ ਨੂੰ ساری ਜਿਹੜਾ ਬਾਦ ਦਿਵਸ ਹੈ ਤੁਸੀਂ ਦੱਸੋ 20 ਵਾਲ ਦਿਵਸ ਦੇ ਉੱਤੇ ਕਿੱਡਾ ਕੋ ਪ੍ਰੋਟੈਸਟ ਹੋਇਆ ਇੱਥੇ ਹੋਇਆ ਕੋਈ ਗਿਆਨ ਬਾਜੀ ਤੋਂ ਸવાય ਕੋਈ ਪ੍ਰੋਟੈਸਟ ਹੋਇਆ ਅਸੀਂ ਕਹਿਣਾ ਨਹੀਂ ਜੀ ਅਸੀਂ ਆਪਦਾ ਸਾਡੇ ਨਾਲ ਜ਼ਿਆਤੀ ਹੋ ਰਹੀ ਹੈ ਸਾਡੇ ਧਰਮ ਇਹ ਇਹ ਦਰਬਾਰ ਸਾਹਿਬ ਦੀ ਤਵੇ ਸਾਡੇ ਹੁਣ ਸਾਡੇ ਸ਼ਹੀਦਾਂ ਤੇ ਵੀ ਹਮਲਾ ਹੈ ਕਿਹੜਾ ਲੋ ਜੋ ਰਸੀ ਤੁਹਾਡੇ ਆਏ ਬਦਲਾਂਗੇ ਰਾਜ ਦੇ ਤਖਤ ਦੇ ਨਾਲ ਤੇ ਮੈਂ ਕਹਿੰਦਾ ਮੇਰਾ ਘਰ ਜਮਾ ਝੌਂਪੜੀ ਹੈ ਗੱਲ ਬੋ ਮਾਰ ਜੀ ਉੱਥੇ ਮੰਨ ਲੋ ਕਿਸ ਨੂੰ ਕੀ ਹੱਕ ਹੈ ਮੇਰੇ ਹੱਕ ਮੇਰੇ ਘਰ ਚ ਆ ਕੇ ਦਖੰਡਾ ਜੀ ਕਰਨ ਦਾ ਸਟੇਟ ਨੂੰ ਕੀ ਹੱਕ ਹੈ ਵੀ ਨਹੀਂ 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 ਅਸੀਂ ਇਹਨੂੰ ਸੋਣਾ ਬਣਾ ਦਿੰਨੇ ਆ ਮੈਂ ਕਹਿੰਦਾ ਮੈਂ ਨਹੀਂ ਬਣਾਉਣਾ ਜੀ ਅਸੀਂ ਸਿੱਖਾਂ ਸਾਡੇ ਸ਼ਹੀਦ ਨੇ ਸਾਡੇ ਗੁਰਬਾਣੀ ਅਸੀਂ ਜਿੱਦਾਂ ਸੱਤੋਂ ਚੱਲਦੇ ਸੀ ਚਨਾਵਾਂਗੇ ਤੁਸੀਂ ਕੋਣ ਹੋ ਸਾਡੇ ਇੱਕ ਵੀ ਅਸੀਂ ਤੁਹਾਡਾ ਮਨਾਉਨੇ ਆ ਅਸੀਂ ਅਸੀਂ ਸਟੇਟ ਨੇ ਬਣਾਣਾ ਹੈ ਤੁਸੀਂ ਮੈਨੂੰ ਇਹ ਦੱਸੋ ਵੀ ਸਾਕਾ ਸਰਹੰਦ ਜਿਹੜਾ ਹੈ ਉਹ ਕਰਿਆ ਕਿ ਨਹੀਂ ਸੀ ਸਟੇਟ ਨੇ ਕਰਿਆ ਸੀ ਕਿ ਕਿਸੇ Hindu ਨੇ ਕਰਿਆ ਸੀ ਜਾਂ ਮੁਸਲਮਾਨ ਨੇ ਕਰਿਆ ਸੀ ਇਹ ਦੱਸੋ ਸਾਕਾ ਸਰਹੰਦ ਸਟੇਟ ਨੇ ਕਰਿਆ ਸੀ ਵਜ਼ੀਰ ਖਾਨ ਨੇ ਕਰਿਆ ਸੀ ਸੋ ਸਟੇਟ ਉਦੋਂ ਦਿੱਲੀ ਤੇ ਕਿਸੇ ਹੋਰ ਦਾ ਰਾਜ ਸੀ ਅੱਜ ਦਿੱਲੀ ਤੇ ਕਿਸੇ ਹੋਰ ਦਾ ਰਾਜ ਹੈ ਉਦੋਂ ਵੀ ਉਹ ਸਾਡੇ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਅੱਜ ਵੀ ਉਹ ਕਬਜ਼ਾ ਕਰਨਾ ਚਾਹੁੰਦਾ ਗੱਲ ਤਾਂ ਇੰਨੀ ਹੈ ਉਹ ਇੱਕ ਪਾਸੇ ਲਾਲਚ ਦਿੰਦਾ ਇੱਕ ਅੰਗਰੇਜ਼ੀ ਚ ਕਹਿੰਦੇ ਨੇ ਕੈਰਟ ਐਂਡ ਸਟਿਕ ਪਾਲਸੀ ਇੱਕ ਪਾਸੇ ਢਾਲ ਚ ਦਿੰਦਾ ਤੇ ਦੂਜੇ ਪਾਸੇ ਉਹ ਪੈ ਦਿੰਦਾ ਠੀਕ ਹੈ ਸੋ ਇਸ ਕਰਕੇ ਅਸੀਂ ਕਹਿੰਨੇ ਆ ਜੋ ਨਰ ਦੁੱਖ ਮੇਂ ਦੁੱਖ ਨਹੀਂ ਮੰਨੇ ਸੁਖ ਸਨੇਹ ਰ ਪੈ ਨਹੀਂ ਜਾ ਕੇ ਕੰਚਨ ਮਾਟੀ ਨਾ ਮੰਨੇ ਨਾ ਨੰਦਿਆ ਨਾ ਉਸਤ ਤ ਜਾ ਕੇ ਲੋਭ ਮੋਹ ਅਭਿਮਾਨਾ ਹਰ ਕੁਸੋਗ ਤੇ ਰਹੇ ਨਿਆਰੋ ਨਾ ਹੀ ਮਾਨਤ ਪੰਨਾ ਇਹ ਗੁਰੂ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹੁਕਮੇ ਜਿੰਨਾ ਨੇ ਸੀਸ ਤੇ ਇੱਕ ਔਰੰਗੇ ਦੇ ਖਿਲਾਫ ਕਿਉਂਕਿ ਕਿਸੇ ਦੇ ਜਿਨੇ ਉਹ ਨਹੀਂ ਲਾ ਸਕਦਾ ਤੇ ਅੱਜ ਫੇਰ ਜੇ ਕੋਈ ਰੰਗਾ ਕਿਸੇ ਦੀ ਸੁੰਨਤ ਖਰਾਬ ਕਰੇਗਾ ਤਾਂ ਵੀ ਫੇਰ ਉਹ ਸ਼ਲੋਕ ਤਿਆਰ ਕਰਨਾ ਹੀ ਪਏਗਾ ਜੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਆ ਜਿਹੜਾ ਪੋਦਾ ਮਹੀਨਾ ਪੂਰਾ ਇਹ ਸ਼ਹੀਦੀਆਂ ਦਾ ਮਹੀਨਾ ਹੈ ਐਨੀ ਸ਼ਹੀਦੀਆਂ ਲੈਣਾ ਲੱਗੀ ਹੋ ਜਾਂਦੇ ਲਾਸਾਨੀ ਕੁਰਬਾਨੀਆਂ ਨੇ ਜੰਗਾ ਵੀ ਕਰੀਆਂ ਨੇ ਸਾਕੇ ਵੀ ਹੋਏ ਨੇ ਤੇ ਇਹਨੂੰ ਅਸੀਂ ਮਤਲਬ ਬ੍ਰਾਹਮਣਵਾਦੀ ਟੈ ਚਾੜਦੀ ਵੀ ਉਹ ਆਏ ਲਾਈਟਾਂ ਲਾਤੀਆਂ ਜੀ ਉਹ ਸਜਾਤ ਆ ਜੀ ਸਾਨੂੰ ਬੱਲੇ ਬੱਲੇ ਕਰਤਾ ਜੀ ਅਸੀਂ ਬੱਲੇ ਬੱਲੇ ਕਰਾ ਕੀ ਕਿੰਨਾ ਨਾ ਸਾਡੀ ਵਾਹੀ ਸੀ ਬੱਲੇ ਬੱਲੇ ਇਹ ਇੰਨਾ ਤੋਂ ਵੱਡੇ ਵੱਡੇ ਕ੍ਰਾਉਨ ਚ ਦਾ ਜੇ ਕੋਈ ਬੰਦਾ ਕਿਸੇ ਗੀਦੀ ਬੰਦਾ ਆ ਕੇ ਕਿਸੇ ਬਾਦਰ ਨੂੰ ਕਹੇ ਹੂੰ ਤੇ ਵੀ ਤੂੰ ਆਏ ਥੱਲੇ ਬੈਠ ਮੈਂ ਤੇਰੇ ਸਿਰ ਤੇ ਹੱਥ ਫੇਰਦਾ ਉਹ ਉਹੀ ਜੀ ਗੱਲ ਹੈ ਜੀ ਸਾਨੂੰ ਸਿੱਖੀ ਨੂੰ ਕਿਸੇ ਤੋਂ ਕਿਸੇ ਦਿੱਲੀ ਸਰਕਾਰ ਤੋਂ ਕਿਸੇ ਤੂ ਬੇਦੀ ਸਰਕਾਰ ਤੋਂ ਕੋਈ ਕੋਈ ਰਿਕਗਨੀਸ਼ਨ ਕੋਈ ਹੋਣੀ ਸਿੱਖੀ ਨਹੀਂ ਤੇ ਹਸ ਕੇ ਰਿਕਗਨੀਸ਼ ਨਹੀਂ ਸੰਸਾਰ 'ਚ ਹੈ ਸਿੱਖੀ ਨਹੀਂ ਕੀ ਤੋ ਰਿਕਗਨੀਸ਼ਨ ਨਹੀਂ ਹੈ ਮਾਨਤਾ ਕੀ ਤੋ ਨਹੀਂ ਐਸੀ ਫਿੱਟਾ ਮਾਨਤਾ ਆਪਣੇ ਆਪ ਕੀ ਹੈ ਮੈਨੂੰ ਇੱਕ ਛੋਟੀ ਜਿਹੀ ਡਾਂਗ ਤੇ ਮੈਂ ਵਾਪਰ ਗੱਲ ਵੀ ਹਟਮ ਕਰਨ ਲੱਗਿਆ ਮੈਨੂੰ ਕੋਈ ਬੰਦਾ ਕਹੀ ਜਾਵੇ ਮੈਂ ਕਿਸੇ ਫੰਕਸ਼ਨ 'ਚ ਵੱਡਾ ਫੰਕਸ਼ਨ ਸੀ ਤੇ ਸੀਐਮ ਸਾਹਿਬ ਉੱਥੇ ਸੀ ਮੈਂ ਉੱਥੇ ਖੜਾ ਸੀ ਹਾਲ 'ਚ ਪਿੱਛੇ ਮੈਨੂੰ ਇੱਕ ਡਿਪਟੀ ਕਮਿਸ਼ਨਰ ਕਹਿਣ ਲੱਗੇ ਵੀ ਤੁਸੀਂ ਉੱਥੇ ਬੈਠ ਜਾਓ ਡਰ ਸਾਹਿਬ ਦੇ ਤੇ ਨਨ ਕੋਈ ਨਹੀਂ ਪੇ ਕਰਨੇ ਵੀ ਅਸੀਂ ਤੁਹਾਡੀ ਕੁਰਸੀ ਲਾਈ ਹੈ ਮੈਂ ਤਾਂ ਨਹੀਂ ਪਤਾ ਵੀ ਕੁਰਸੀਆਂ ਮੈਂ ਦਵਾਈਆਂ ਨੇ ਇਹ ਮੇਰਾ ਪਲਾਨ ਸੀ ਵੀ ਕਿਤੇ ਕਿਹਦੀ ਕੁਰਸੀ ਟੁਗ ਤੁਸੀਂ ਮੈਨੂੰ ਕੁਰਸੀ ਦੇਣ ਵਾਲੇ ਨਹੀਂ ਮੈਂ ਤੁਹਾਨੂੰ ਕੁਰਸੀਆਂ ਦੇਣ ਵਾਲਾ ਸਿੱਖੀ ਲੋਕਾਂ ਨੂੰ ਕੁਰਸੀਆਂ ਦੇਣ ਵਾਲੀ ਹੈ ਸਿੱਖੀ ਬਾਸ਼ੀਆਂ ਦੇਣ ਵਾਲੀ ਹੈ ਸਿੱਖੀ ਬਾਸ਼ੀਆਂ ਇਹਨਾਂ ਤੋਂ ਮੰਗਣ ਵਾਲੀ ਨਹੀਂ ਹੈ ਜਿੱਦੇ ਮੰਗਣ ਲੱਗੇ ਤੁਸੀਂ ਠੀਕ ਤੁਹਾਨੂੰ ਕੀ ਫਰਕ ਪਤਾ ਸੋ ਇਸ ਕਰਕੇ ਅੱਜ ਸਾਡੇ 'ਤੇ ਹਮਲਾ ਹੈ ਸਾਡੀ ਰੌੜੀ 'ਤੇ ਹਮਲਾ ਆਪਦਾ ਰੰਗ ਹਰੀ ਕੀ ਚੜਨਾ ਚਾਹੁੰਦਾ ਇਹਨਾਂ ਫਰਕ ਹੈ ਵੀ ਉਹ ਨਾਲ ਚ ਦੇ ਕੇ ਚੜ ਰਹੇ ਨੇ ਤੇ ਇਸਾਈਆਂ ਨੂੰ ਉਹ ਕਹਿੰਦੇ ਨੇ ਵੀ ਇਹ ਇਸਾਈਆਂ ਨੂੰ ਵੀ ਤਾਂ ਇਹੀ ਕਹਿੰਦੇ ਨੇ ਨਾ ਵੀ ਇਸਾਈ ਬਣਾ ਰਹੇ ਨੇ ਸਿੱਖਾਂ ਨੂੰ ਉਹ ਵੀ ਤਾਂ ਲਾਕੀ ਦੇ ਰਹੇ ਨੇ ਇਹ ਵੀ ਲਾਕ ਤੇ ਦੇ ਰਹੇ ਨੇ ਇਹ ਸਮਾਂ ਪੂਰੀ ਪੂਰੀ ਕੌਮ ਨੂੰ ਦੇ ਰਹੇ ਨੇ ਉਹ ਤਾਂ ਵਿਅਕਤੀਆਂ ਨੂੰ ਦੇ ਰਹੇ ਨੇ ਤਾਂ ਪੂਰੀ ਕੌਮ ਨੂੰ ਦੇ ਰਹੇ ਨੇ ਪੂਰੇ ਜਹਾਸ ਦੇ ਉੱਤੇ ਨਾਲ ਚ ਪਲੰਦਾ ਚੜਾ ਰਹੇ ਨੇ ਸੋ ਇਹ ਨੂੰ ਅੱਜ ਜਿਹੜਾ ਵੀ ਇਹਦੀ ਸਪੋਰਟ ਕਰਿਆ ਭਗਵੰਤ ਮਾਨ ਦਾ ਜਿੱਥੇ ਸਵਾਲ ਆ ਉਹਦੀ ਇੱਕ ਦਾਈਂ ਚ ਮੈਂ ਜਵਾਬ ਦੇ ਕੇ ਖਤਮ ਕਰਾਂਗਾ ਜਦ ਪ੍ਰਾਈਮ ਮਿੰისტਰ ਕੋਈ ਫੰਕਸ਼ਨ ਕਰਦਾ ਹੈ ਜਾਂ ਪਾਰ ਸਰਕਾਰ ਕਰਦੀ ਹੈ ਸੂਬਾ ਦੇ ਵਿੱਚ ਜੇ ਹੁੰਦਾ ਉਹ ਤਾਂ ਸੂਬੇ ਦੇ ਮੁੱਖ ਮੰਤਰੀ ਦਾ ਜਾਣਾ ਨਾਰਮਲੀ ਬੰਦ ਹੈ ਇਹ ਮर्यादा ਦਾ ਇੱਕ 파ਟ ਹੈ ਸਰਕਾਰ ਦੇ ਤੌਰ ਤੇ ਔਰ ਉਹ ਮੁੱਖ ਮੰਤਰੀ ਚਾਹੇ ਕੰਮੀਆਂ ਦਾ ਵੀ ਕਿਉਂ ਨਾ ਹੁੰਦਾ ਹੋ ਸਕਦਾ ਉਹਨੂੰ ਵੀ ਜਾਣਾ ਹੁੰਦਾ ਪਰ ਉੱਥੇ ਜਾ ਕੇ ਉਹ ਇਹ ਕਹਿ ਸਕਦਾ ਹੈ ਵੀ ਦੇਖੋ ਇਹਦੇ ਚਤਰਾਜ ਹੋਣੇ ਮੇਰੀ ਸਟੇਟ ਚ ਆਪਾਂ ਇਹਨੂੰ ਅੱਜ ਚਲੋ ਕਰਤਾ ਤੁਸੀਂ ਹੋਂ ਪਰ ਇਹਨਾਂ ਤਿਆਰ ਇੱਕ ਦੂਜੀ ਗੱਲ ਜਿਹੜਾ ਤੁਸੀਂ ਕਹਿੰਦੇ ਹੋ ਵੀ ਕਰਨ ਉਹਨਾਂ ਦਾ ਉਹ ਤਾਂ ਪਹਿਲਾਂ ਹੀ ਕਰਨੇ ਵਿਸੇ ਹਨੂਮਨ ਭਗਤਾਂ ਕੇ ਜੀ ਵਾਲ ਨੇ ਕਿਹਾ ਨਹੀਂ ਵੀ ਰਾਮ ਭਗਤਲੇ ਬੈਸ ਹਨੂਮਨ ਭਗਤਾ ਜਦ ਜਿਹੜੇ ਬੁੱਤ ਪੂਜਕ ਨੇ ਜਿਹੜੇ ਮੂਰਤੀ ਪੂਜਕ ਨੇ ਜਿਹੜੇ ਕਰਮ ਕਾਂਢੀ ਨੇ ਜਿਹੜੇ ਬ੍ਰਾਹਮਣਵਾਦੀ ਨੇ ਉਹਨਾਂ ਦਾ ਸਿੱਖੀ ਨਾਲ ਕੋਈ ਮੇਲ ਨਹੀਂ ਆ ਇਹ ਹੀ ਟੱਕਰ ਆ ਬਲਕੇ ਇੱਕ ਪਾਸੇ ਟੱਕਰ ਆ ਉਹਨੂੰ ਰੂਪ ਖੋੜਦੇ ਰਹੇ ਨੇ ਟੱਕਰ ਇਹ ਹੈ ਕਿ ਸਿੱਖੀ 'ਚ ਬ੍ਰਾਹਮਣਵਾਦ ਵੜਿਆ ਜਾਵੇ ਸਿੱਖੀ ਨੂੰ ਡਰਪੋਕ ਬਣਾਇਆ ਜਾਵੇ ਸਿੱਖੀ ਨੂੰ ਜ਼ਾਲਮ ਸਾਫਤ ਕਰਿਆ ਜਾਵੇ ਸਿੱਖੀ ਦੇ ਜਿਹੜੇ ਸੰਗਤ ਤੇ ਪੰਗਦੇ ਸੂਰ ਨੇ ਉਹਨੂੰ ਤੋੜਿਆ ਜਾਵੇ ਇਸੇ ਕਰਕੇ ਕਹਤਾ ਵੀ ਸੰਗਤ ਦਾ ਮਤਲਬ ਇਹ ਹੈ ਕਿ ਲੋਕ ਇਕੱਠੇ ਹੋ ਕੇ ਬਹਿ ਜਾਂਦੇ ਨੇ ਆ ਸੰਗਤ ਹੈ ਪੰਗਤ ਦਾ ਮਤਲਬ ਕੀ ਹੈ ਕਹਿੰਦਾ ਲਾਈਨ 'ਚ ਬੈਠ ਕੇ ਰੋਟੀ ਖਾਂਦੇ ਨੇ ਤੁਸੀਂ ਦੱਸੋ ਮੈਨੂੰ ਪੰਗਤ ਇਹ ਆ ਇਤਿਹਾਸ ਦੀ ਕਿਤਾਬ 'ਚ ਲਿਖਿਆ ਵੀ ਪੰਗਤ ਦਾ ਮਤਲਬ ਹੈ ਲਾਈਨ 'ਚ ਬੈਠ ਕੇ ਰੋਟੀ ਖਾਣਾ ਹੈਂ ਕਹਿੰਦਾ ਸੁਰਤ ਖਾਲਸਾ ਕੀ ਹੈ ਕਹਿੰਦਾ ਜਿਹੜਾ ਕੱਲ ਤੱਕ ਤੇ ਸਿੱਖ ਇਕੱਠੇ ਹੁੰਦੇ ਨੂੰ ਉਹਨੂੰ ਸੁਰਤ ਖਾਲਸਾ ਕਹਿੰਦੇ ਨੇ ਗੁਰਮਤਿਆ ਕੀ ਹੈ ਕਹਿੰਦਾ ਗੁਰਮਤਿਆ ਇੱਕ ਸੰਸਥਾ ਗੁਰਮਤਿਆ ਨੂੰ ਇੱਕ ਸੰਸਥਾ ਦੱਸਦਾ ਆ ਪੜਾ ਰਹੇ ਨੇ ਅਰੇ ਜਸੇਵਰ ਸਾਹਿਬ ਕੀ ਕਹਿਣਗੇ ਕਿਉਂਕਿ ਕਾਦੀ ਪੜਾਉਂਦੇ ਰਹੇ ਨੇ ਈ ਤੇ 25 ਸਾਲ ਤੋਂ ਸੋ ਲੋੜੇ ਦਾਖ ਬਜੌਰੀਆਂ ਕਿੱਕਰ ਵੀ ਜੱਟ ਹੰਡੇ ਨਕਤਾਏ ਦਾ ਪੈਦਾ ਲੋੜੇ ਪਟਾ ਸ਼ੁਕਰੀਆ ਡਾਕਟਰ ਸਾਹਿਬ ਜੀ